ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਇਸ ਪ੍ਰੋਗਰਾਮ ਨੂੰ ਤੁਸੀਂ ਹਰ ਰੋਜ਼ ਦੇਖਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਰਾਜਨੀਤੀ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਹੁੰਦੀ ਹੈ ਸਾਰੇ ਕੁਛ ਨੂੰ ਆਪਾਂ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਕਈ ਸ਼ਖਸੀਅਤਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਵਾਉਣਾ ਅਤੇ ਉਹਨਾਂ ਤੋਂ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਖਾਸ ਇਸ ਕਰਕੇ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਪੰਜਾਬੀਆਂ ਨੂੰ ਬੜਾ ਮਾਣ ਹੁੰਦਾ ਕਿ ਪੰਜਾਬੋਂ ਬਾਹਰ ਜਾ ਕੇ ਕਿਸੇ ਹੋਰ ਮੁਲਕ ਦੇ ਵਿੱਚ ਆਪਾਂ ਰਾਜਨੀਤੀ 'ਚ ਨਾਮਣਾ ਖੱਟਿਆ ਹੋਵੇ ਅਤੇ ਉਹ ਵੀ ਨਵੇਂ ਬੰਦੇ ਤਾਂ ਬਹੁਤ ਨੇ ਪਰ ਜਦੋਂ ਇੱਕ ਪੁਰਾਣਾ ਨਾਮ ਉਹ ਵੀ ਬੜੇ ਵੱਡੇ ਅਹੁਦੇ 'ਤੇ ਹੋਵੇ ਅਤੇ ਉਹਨਾਂ ਦੇ ਨਾਲ ਆਪਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲੇ ਤਾਂ ਫਿਰ ਕਿੱਡੀ ਵੱਡੀ ਗੱਲ ਹੋਏਗੀ। ਇਸੇ ਕਰਕੇ ਅੱਜ ਦਾ ਇਹ ਪ੍ਰੋਗਰਾਮ ਖਾਸ ਹੈ ਕਿ ਆਪਣੇ ਨਾਲ ਉਜਵਲ ਦੋਸਾਂਝ ਜੀ ਨੇ ਸਭ ਤੋਂ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਸਰ। ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਮੈਂ ਸ਼ੁਰੂ ਕਿੱਥੋਂ ਕਰਾਂ, ਪਰ ਜਿੰਨੀ ਕੁ ਮੈਨੂੰ ਪੰਜਾਬੀਆਂ ਦੇ ਸੁਭਾਅ ਦਾ ਪਤਾ ਉਹ ਇਹ ਹੈ ਕਿ ਵੀ ਪਿੰਡ ਨਹੀਂ ਛੁੱਟਦਾ ਹੁੰਦਾ ਬੰਦਾ ਜਿੱਥੇ ਮਰਜ਼ੀ ਚੱਲ ਜੇ। ਸੋ ਮੈਂ ਇਹ ਸੋਚਦਾ ਵੀ ਆਪਾਂ ਪਿੰਡੋਂ ਸ਼ੁਰੂਆਤ ਕਰ ਲਈਏ ਕਿ ਕਿਹੜਾ ਉਹ ਵੇਲਾ ਘੜੀ ਸੀਗਾ ਜਦੋਂ ਸਬੱਬ ਬਣਿਆ ਉੱਥੇ ਜਾਣ ਦਾ ਅਤੇ ਕਾਰਨ ਕਿਵੇਂ ਜੁੜਿਆ? ਦੇਖੋ ਪਿੰਡ ਤਾਂ ਮੇਰਾ ਹੈ ਦੁਸਾਂਝ ਕਲਾਂ ਜੀ, ਨਾਨਕੇ ਮੇਰੇ ਬਾਹੋਵਾਲ ਮਾਲਪੁਰ ਦੇ ਕੋਲ ਜੀ, ਅਤੇ ਮੈਂ ਪਹਿਲੀ ਤੋਂ ਚੌਥੀ ਮਾਲਪੁਰ ਬਾਹੋਵਾਲ ਪੜ੍ਹਿਆ ਨਾਨਕੀ ਨਾਨਾ ਜੀ ਦੇ ਕੋਲ ਜੀ, ਅਤੇ ਛੇਵੀਂ ਤੋਂ ਗਿਆਰਵੀਂ ਪਿੰਡ ਦੁਸਾਂਝ ਕਲਾਂ ਅਤੇ ਫਗਵਾੜੇ, ਬਾਰ੍ਹਵੀਂ ਫਿਰ ਛੱਡ ਕੇ ਮੈਂ ਕੈਨੇਡਾ ਇੰਗਲੈਂਡ ਚਲੇ ਗਿਆ ਸੀ ਜੀ। ਇੰਗਲੈਂਡ ਤੋਂ ਕੈਨੇਡਾ 1968 ਚਲੇ ਗਿਆ ਸੀ ਜੀ, ਅਤੇ ਸਵੱਬ ਵੰਡਦੇ ਤਾਂ ਕਈ ਤਰੀਕੇ ਹੁੰਦੇ ਉਹਨਾਂ ਜ਼ਮਾਨਿਆਂ 'ਚ। ਮੈਂ 1964 ਦੇ ਲਾਸਟ ਡੇ ਨੂੰ ਮੁਲਕ ਛੱਡਿਆ ਸੀ। ਅੱਛਾ। ਡਿਸੰਬਰ 31st 1964 ਮੈਂ 18 ਸਾਲ ਦੀ ਉਮਰ ਸੀ ਮੇਰੀ ਉਦੋਂ, ਅਤੇ ਮੈਂ ਤਾਂ ਦਿੱਲੀ ਵੀ ਨਾ ਸੀ ਦੇਖਿਆ ਉਦੋਂ, ਅਤੇ ਮੈਂ ਅਜੇ ਵੀ ਪੰਜਾਬ ਦੇ ਕਈ ਸ਼ਹਿਰ ਨਹੀਂ ਦੇਖੇ ਕਿਉਂਕਿ ਮੈਂ ਬਹੁਤ ਚਿਰ ਬਾਹਰ ਰਿਹਾ ਜੀ। ਅਤੇ ਉਦੋਂ ਤਾਂ ਕੋਈ ਕੋਈ ਲੋਕ ਜਾਂਦੇ ਸੀ ਬਾਹਰ, ਅਤੇ ਸਾਡੇ ਬਜ਼ੁਰਗਾਂ ਕੋਲ ਕੋਈ ਬਹੁਤੇ ਪੈਸੇ ਹੈ ਨਾ ਸੀ। ਮੈਂ ਕਿਸੇ ਪਰਟੀਕੁਲਰ ਕੋਲਜ ਪੜ੍ਹਨਾ ਚਾਹੁੰਦਾ ਸੀ, ਅਤੇ ਪੜ੍ਹਨ ਤੋਂ ਮਨ ਉਚਾਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਜੋ ਬੱਚਾ ਛੋਟਾ ਹੁੰਦਾ ਨਾ ਉਹਦੇ ਦਿਮਾਗ 'ਚ ਕਈ ਗਲਤ ਚੀਜ਼ਾਂ ਵੀ ਹੁੰਦੀਆਂ ਜੀ ਕਿ ਫਲਾਨਾ ਕੋਲਜ ਬਹੁਤ ਵਧੀਆ, ਉੱਥੇ ਦਾ ਬੜਾ ਟੌਰ ਆ। ਸੋ ਉਹ ਉਚਾਟ ਹੁੰਦਾ ਹੁੰਦਾ ਫਿਰ ਮੈਨੂੰ ਇੱਕ ਰਾਹ ਲੱਭਾ ਕਿ ਮੈਂ ਸ਼ਾਇਦ ਆਪਣੀ ਜ਼ਿੰਦਗੀ ਆਪ ਬਣਾਵਾਂ, ਅਤੇ ਮੈਂ ਆਪਣੇ ਫਾਦਰ ਦੀ ਤੋਂ ਚੋਰੀ ਇੱਕ ਐਡਮਿਸ਼ਨ ਲੈ ਕੇ ਕੋਲਜ ਦੇ ਵਿੱਚ ਲੰਡਨ ਤੋਂ ਜੀ ਮੈਂ ਜਾਣ ਦਾ ਉਪਰਾਲਾ ਕੀਤਾ। ਲੇਕਿਨ ਜਦੋਂ ਜਿੱਦਣ ਐਡਮਿਸ਼ਨ ਆਈ ਮੇਲ ਦੇ ਵਿੱਚ, ਉੱਦਣ ਉਹਨਾਂ ਨੇ ਫੜ ਲਈ ਚਿੱਠੀ। ਉਹ ਤੋਂ ਪਹਿਲਾਂ ਸਾਰਾ ਕੁਛ ਮੈਂ ਸੀਕ੍ਰੈਟਲੀ ਬਿਹਾਈਂਡ ਹਿਸ ਬੈਕ ਕਰ ਲਿਆ ਸੀ, ਅਤੇ ਫਿਰ ਉਹ ਮੰਨਦੇ ਨਹੀਂ ਸੀ ਕਿ ਮੈਂ ਜਾਵਾਂ, ਕਿਉਂਕਿ ਉਹ ਮੈਨੂੰ ਕਹਿੰਦੇ ਸੀ ਤੂੰ ਪੜ੍ਹ ਇੱਥੇ, ਤੇਰਾ ਬੜਾ ਭਰਾ ਜਾਊਗਾ, ਤੂੰ ਨਹੀਂ ਜਾ ਸਕਦਾ ਬਾਹਰ। ਅੱਛਾ, ਇਹ ਜਿਹੜੀ ਤੁਸੀਂ ਇਹ ਗੱਲ ਦੱਸੀ ਬੜੀ ਮਜ਼ੇਦਾਰ ਆ। ਮੈਂ ਤਾਂ ਇਹ ਇੰਟਰੋਡਕਸ਼ਨ ਦੇ ਕੇ ਹਟਿਆ ਕਿ ਪਹਿਲੇ ਪੋਲੀਟੀਸ਼ੀਅਨ ਦੇ ਤੌਰ 'ਤੇ ਉਹ ਵੀ ਇੰਨੇ ਵੱਡੇ ਰੁਤਬੇ 'ਤੇ, ਇਹਦਾ ਮਤਲਬ ਜਿੱਦਾਂ ਅੱਜ ਇਸ ਵਕਤ ਮਾਹੌਲ ਹੈ ਸਟੂਡੈਂਟ ਬੇਸ 'ਤੇ ਬਾਹਰ ਜਾਣ ਦਾ, ਮਤਲਬ ਫਿਰ ਤੁਸੀਂ ਤਾਂ ਇੱਕ ਤਰ੍ਹਾਂ ਨਾਲ ਸਟੂਡੈਂਟਾਂ ਦਾ ਵੀ ਪੁਰਖੇ ਹੋਏ ਨਾ। ਪਰ ਇਹ ਸਟੂਡੈਂਟ ਤਾਂ ਪੈਸੇ ਦੇ ਕੇ ਜਾਂਦੇ ਆ ਜੀ ਜੀ। ਨਹੀਂ, ਮੈਂ ਉਹੀ ਪੁੱਛਣਾ ਚਾਹੁੰਦਾ ਸੀ ਕਿ ਉਦੋਂ ਨਾ ਤਾਂ ਕੋਈ ਇੰਟਰਨੈਟ ਸੀ ਅਤੇ ਨਾ ਕੋਈ ਹੋਰ ਤਰੀਕਾ ਸੀ, ਫਿਰ ਲੰਡਨ ਦਾ ਕਾਲਜ ਯੂਨੀਵਰਸਿਟੀ ਕਿਵੇਂ ਦਿਮਾਗ 'ਚ ਆਇਆ ਅਤੇ ਚਿੱਠੀ ਪੱਤਰ ਕਿਵੇਂ? ਬਾਈ ਚਾਂਸ ਸੀ, ਮੇਰਾ ਇੱਕ ਦੋਸਤ ਸੀ ਉਹ ਜਾਣ ਲੱਗਾ ਇੱਕ ਦਿਨ ਮੈਨੂੰ, ਮੈਂ ਬੈਠਾ ਉੱਥੇ ਰਾਮਗੜੇ ਕੋਲਜ ਫਗਵਾੜੇ ਲੋਨ ਦੇ ਵਿੱਚ, ਮੈਂ ਪੜ੍ਹ ਰਿਹਾ ਸੀ ਕੁਛ ਜੀ, ਅਤੇ ਮੈਨੂੰ ਕਹਿੰਦਾ ਬਈ ਚੰਗਾ ਹੁਣ ਫਿਰ ਕਿਤੇ ਮਿਲਾਂ। ਮੈਂ ਕੀ ਗੱਲ? ਕਹਿੰਦਾ ਮੈਂ ਤਾਂ ਇੰਗਲੈਂਡ ਨੂੰ ਚੱਲ ਜਾਣਾ। ਅੱਛਾ ਜੀ। ਮੈਂ ਉਹਨੂੰ ਪੁੱਛਿਆ ਮੈਂ ਕਿੱਦਾਂ ਜਾਣਾ, ਉਹਨੇ ਮੈਨੂੰ ਦੱਸ ਦਿੱਤਾ ਵੀ ਆਹ ਕੋਲਜ ਆ, ਇੱਥੋਂ ਦਾਖਲਾ ਮਿਲਦਾ, ਉਹਨੇ ਮੈਨੂੰ ਐਡਰੈਸ ਦੇ ਦਿੱਤਾ। ਮੈਂ ਫਿਰ ਸੋਚ ਸੋਚ ਕੇ ਹੌਲੀ ਹੌਲੀ ਮੈਂ ਫਿਰ ਉਹ ਜਿਹੜੀ ਉਦੋਂ ਪਤਾ ਨਹੀਂ 50 ਪੈਸੇ ਦੀ ਹੁੰਦੀ ਸੀ, ਪਤਾ ਨਹੀਂ 6 ਆਨੇ ਦੀ ਹੁੰਦੀ ਸੀ, ਜਿਹੜਾ ਬਲੂ ਆਨਵਲਪ ਹੁੰਦਾ ਏਅਰਮੇਲ ਦਾ, ਉਹ ਲੈ ਕੇ ਚਿੱਠੀ ਲਿਖ ਕੇ ਕੋਲਜ ਨੂੰ ਪਾ ਦਿੱਤੀ। ਦੈਨ ਦੈਟਸ ਹਾਊ ਇਟ ਹੈਪਨਡ। ਅਤੇ ਉਦੋਂ ਮੈਂ 5 ਪਾਉਂਡ ਦਾ ਡਰਾਫਟ ਚਾਹੀਦਾ ਹੁੰਦਾ ਸੀ। ਅੱਛਾ ਜੀ। ਐਪਲੀਕੇਸ਼ਨ ਦੇ ਨਾਲ ਉਹ ਵੀ ਮੈਂ ਬਾਹਰੋਂ ਕਿਸੇ ਰਿਸ਼ਤੇਦਾਰ ਤੋਂ ਚੋਰੀ ਮੰਗਵਾ ਲਿਆ ਸੀ। ਅੱਛਾ, 5 ਪਾਉਂਡ। 5 ਪਾਉਂਡ ਇੱਥੇ 5 ਪਾਉਂਡ ਕਿੱਥੇ ਹੁੰਦੇ ਸੀ? 5 ਪਾਉਂਡ ਦਾ ਡਰਾਫਟ ਮੰਗਾ ਕੇ ਉਹ ਚਿੱਠੀ ਪਾ ਦਿੱਤੀ, ਐਡਮਿਸ਼ਨ ਆ ਗਿਆ ਤਾਂ ਫਿਰ ਪਤਾ ਲੱਗਾ। ਸੋ ਮਤਲਬ ਜਦੋਂ ਮੈਂ ਗਿਆ, ਮੈਂ ਤਾਂ ਕਿਰਾਏ ਲਾ ਕੇ ਗਿਆ ਸੀ, 5 ਪਾਉਂਡ ਵੀ ਬਾਹਰੋਂ ਮੰਗਵਾਏ ਸੀ। ਅੱਜ ਕੱਲ੍ਹ ਤਾਂ ਲੋਕ $40,000-$50,000 ਜਿਹੜਾ ਉਹ ਲਾ ਦਿੰਦੇ ਆ ਸਟੂਡੈਂਟਸ ਦੇ ਉੱਤੇ। ਅਤੇ ਜਦੋਂ ਮੈਂ ਗਿਆ ਉਦੋਂ ਪੈਸੇ ਇੱਥੇ ਨੂੰ ਆਉਂਦੇ ਹੁੰਦੇ ਸੀ, ਜਦੋਂ ਹੁਣ ਜਾਂਦੇ ਹਾਂ ਅਸੀਂ, ਹੁਣ ਅਸੀਂ ਜਿਹੜਾ ਜਵਾਨੀ ਦਾ ਸਰਮਾਇਆ ਬਿਲਕੁਲ ਉਹ ਵੀ ਗੁਆਉਂਦੇ ਹਾਂ,
ਪੰਜਾਬ ਦੇ ਤੌਰ 'ਤੇ, ਮੁਲਕ ਦੇ ਤੌਰ 'ਤੇ, ਅਤੇ ਜਿਹੜਾ ਪੈਸੇ ਦਾ ਸਰਮਾਇਆ ਉਹ ਵੀ ਅਸੀਂ ਬਾਹਰਲੇ ਮੁਲਕਾਂ ਨੂੰ ਭੇਜੇ ਜਾਂਦੇ ਹਾਂ। ਇਹਦਾ ਇਹ ਮਤਲਬ ਵੀ ਜਾਣਾ ਨਹੀਂ ਚਾਹੀਦਾ, ਪਰ ਐਟਲੀਸਟ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਕਿ ਸੱਚਾਈ ਕੀ ਹੈ। ਬਿਲਕੁਲ ਸਹੀ, ਨਹੀਂ ਇਹ ਇਸ ਵਿਸ਼ੇ 'ਤੇ ਵੀ ਮੈਂ ਆਊਂਗਾ, ਪਰ ਮੈਨੂੰ ਆਹ ਜਿਹੜੀ ਚੀਜ਼ ਬੜੀ ਮਜ਼ੇਦਾਰ ਲੱਗੀ ਤੁਹਾਡੀ ਕਿ ਵੀ ਇੱਕ ਫਗਵਾੜੇ ਦੇ ਵਿੱਚ ਪੜ੍ਹਨ ਵਾਲਾ ਸਟੂਡੈਂਟ ਅਤੇ ਉਹਦੇ ਦਿਮਾਗ ਦੇ ਵਿੱਚ ਲੰਡਨ ਦੇ ਵਿੱਚ ਪੜ੍ਹਨ ਦੀ ਸੋਚ, ਫਿਰ ਉਹਦੇ ਵਿੱਚ ਰੇੜਕਾ ਪਰਿਵਾਰ ਦਾ, ਅੱਜ ਦੀ ਡੇਟ ਦੇ ਵਿੱਚ ਤਾਂ ਹੈ ਨਾ ਵੀ ਪਰਿਵਾਰ ਮੋਢਿਆਂ 'ਤੇ ਲੱਦੀ ਫਿਰਦਾ ਨਿਆਣੇ ਨੂੰ ਵੀ ਕਿਸੇ ਤਰ੍ਹਾਂ ਨੂੰ ਬਾਹਰ ਭੇਜ ਦਿਓ, ਅਤੇ ਉੱਥੇ ਬਾਪੂ ਡਾਂਗ ਲੈ ਕੇ ਦਰਵਾਜ਼ੇ 'ਚ ਖੜ੍ਹਾ ਵੀ ਮੈਂ ਜਾਣ ਨਹੀਂ ਦੇਣਾ, ਅਤੇ ਫਿਰ ਉਹ ਇਜਾਜ਼ਤ ਕਿਵੇਂ ਮਿਲੀ? ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਵੀ ਲੜਕੇ ਗਏ ਹੋ। ਨਹੀਂ ਜੀ, ਲੜਕੇ ਨਹੀਂ, ਮੈਨੂੰ ਦੇਖੋ ਮੇਰੇ ਕੋਲ ਪੈਸੇ ਨਹੀਂ ਸੀ, ਕਿਰਾਇਆ ਵੀ ਲਾਉਣਾ ਸੀ, ਲੇਕਿਨ ਮੇਰੇ ਫਾਦਰ ਟੀਚਰ ਸੀ, ਉਹਨਾਂ ਨੇ ਪੁਰਾਣੀ ਐੱਫ ਏ ਗਿਆਨੀ ਕੀਤੀ ਹੋਈ ਸੀ ਜੀ, ਅਤੇ ਉਹ ਕਿਉਂਕਿ ਮੈਂ ਥੋੜ੍ਹਾ ਬਹੁਤਾ ਪੜ੍ਹ ਲੈਂਦਾ ਸੀ, ਮੇਰੇ ਵੱਡੇ ਬ੍ਰਦਰ ਮੇਰੇ ਨਾਲ ਥੋੜ੍ਹੇ ਘੱਟ ਪੜ੍ਹਦੇ ਸੀ, ਅਤੇ ਮੈਨੂੰ ਉਹ ਕਹਿੰਦੇ ਸੀ ਕਾਕਾ ਇਹਨੂੰ ਬਾਹਰ ਭੇਜਣਾ, ਇਹਨੇ ਪੜ੍ਹਨਾ ਨਹੀਂ, ਤੂੰ ਤਾਂ ਪੜ੍ਹ ਲੈਣਾ, ਤੂੰ ਇੱਥੇ ਰਹਿ, ਤੈਨੂੰ ਨਹੀਂ ਜਾਣ ਦੇਣਾ। ਅੱਛਾ ਜੀ। ਅਤੇ ਫਿਰ ਮੈਂ ਐਕਚੁਲੀ ਆਪਣੇ ਵੱਡੇ ਬ੍ਰਦਰ ਨੂੰ, ਕਮਲ ਭਾਅ ਜੀ ਨੂੰ, ਮੈਂ ਕਿਹਾ ਵੀ ਭਾਅ ਜੀ ਇੱਦਾਂ ਗੱਲ ਆ ਵੀ ਤੁਸੀਂ ਇਹਨਾਂ ਨੂੰ ਕਹੋ ਇਹਨੇ ਮੈਨੂੰ ਜਾਣ ਨਹੀਂ ਦੇਣਾ, ਜੇ ਤੁਸੀਂ ਕਹੋਗੇ। ਉਹਨਾਂ ਦੀ ਮੰਨ ਲੈਂਦੇ ਸੀ, ਮੈਨੂੰ ਤਾਂ ਕਹਿੰਦੇ ਸੀ ਇਹਨੂੰ ਅਕਲ ਨਹੀਂ ਹੈ, ਇਹ ਤਾਂ ਐਵੇਂ ਜ਼ਿੱਦੀ ਆਦਮੀ ਹੈ, ਇਹਨੂੰ ਅਕਲ ਨਹੀਂ ਹੈ। ਤਾਂ ਉਹ ਫਿਰ ਉਹਨੇ ਫਿਰ ਭਾਅ ਜੀ ਨੇ ਉਹਨਾਂ ਨੂੰ ਕਿਹਾ, ਮੈਨੂੰ ਚੇਤਾ ਅਸੀਂ ਨਾ ਮਕਾਨ ਬਣਾਉਂਦੇ ਸੀ ਤਾਂ ਅਸੀਂ ਇੱਟਾਂ ਆਪ ਢੋਂਦੇ ਹੁੰਦੇ ਸੀ, ਤਾਂ ਗਾਰਾ ਬਣਾਈ ਦਾ ਸੀ, ਕਹਾਣੀ 'ਚ ਆਪ ਫਿਰੀ ਦਾ ਸੀ, ਤਾਂ ਉਹ ਕਰ ਰਿਹਾ ਸੀ ਉਦੋਂ ਜਿੱਦਣ ਦਾਖਲਾ ਆਇਆ। ਅੱਛਾ ਜੀ। ਤਾਂ ਉਹ ਕਰਦੇ ਕਰਦੇ ਮਿੱਟੀ ਉੱਤੇ ਢੋਂਦੇ, ਗਾਰਾ ਢੋਂਦੇ ਦੌਰ, ਉਹਦੇ ਵਿੱਚ ਮੈਨੂੰ ਹੁਣ ਭੁੱਲ ਗਿਆ ਕੀ ਲੋਹੇ ਦੇ ਹੁੰਦੇ, ਕੜਾਹੀ ਰਹੇ ਜੀ, ਕੜਾਹੀ ਆ, ਬਾਲਟਾ, ਬੱਠਲ, ਕੁਛ ਮਰਜ਼ੀ ਕਹਿ ਲਈ। ਤਾਂ ਉਹਨਾਂ ਦੇ ਵਿੱਚ ਤਾਂ ਉਹ ਉਦੋਂ ਗੱਲਾਂ, ਫਿਰ ਕਮਲ ਭਾਅ ਜੀ ਉਹਨਾਂ ਦੇ ਕੋਲ ਬੈਠੇ ਸੀ, ਮੈਂ ਢੋਂਦਾ ਸੀ, ਉਹਨਾਂ ਨੇ ਫਿਰ ਉਦੋਂ ਮੇਰੇ ਖਿਆਲ ਉਹਨਾਂ ਨੂੰ ਮਨਾਇਆ, ਮੰਨ ਗਏ ਇਹ। ਹੁਣ ਮੈਨੂੰ ਨਹੀਂ ਪਤਾ ਕਿੱਦਾਂ ਮੰਨੇ ਆ, ਮੈਂ ਕਦੇ ਪੁੱਛਿਆ ਵੀ ਨਹੀਂ ਭਾਅ ਜੀ ਨੂੰ, ਹੁਣ ਤਾਂ ਉਹ ਵੀ ਕੈਨੇਡਾ ਨੇ ਮੇਰੇ ਨਾਲ ਜੀ ਜੀ ਹਾਂਜੀ। ਅੱਛਾ, ਤੁਸੀਂ ਲੰਡਨ ਫਿਰ ਕਿੰਨਾ ਚਿਰ ਰਹੇ, ਅਤੇ ਉੱਥੇ ਜਾ ਕੇ ਜਿਹੜੀ ਜ਼ਿੰਦਗੀ ਸ਼ੁਰੂਆਤ ਵਾਲੀ ਸੀ ਉਹ ਕਿਵੇਂ ਦੀ ਸੀਗੀ? ਉੱਥੇ ਜੀ ਮੈਂ ਜਦੋਂ ਗਿਆ ਉਦੋਂ ਬਹੁਤ ਥੋੜ੍ਹੇ ਲੋਕ ਸੀ ਉੱਥੇ, ਕੁਛ ਸ਼ਹਿਰਾਂ ਦੇ ਵਿੱਚ ਸਨ, ਡਰਬੀ, ਬਰਮਿੰਗਮ, ਬੈਡਫੋਰਡ, ਲੰਡਨ, ਬ੍ਰੈਡਫੋਰਡ, ਲੇਕਿਨ ਆਮ ਬਹੁਤੀ ਪਾਪੂਲੇਸ਼ਨ ਨਹੀਂ ਸੀ। ਅਤੇ ਮੈਂ ਉੱਥੇ ਜਦੋਂ ਗਿਆ ਤਾਂ ਮੈਨੂੰ ਨੌਕਰੀ ਦੀ ਪ੍ਰੋਬਲਮ ਆਈ, ਮੈਂ ਭੱਠੇ 'ਤੇ ਗਿਆ, ਮੇਰੇ ਕਜ਼ਨ ਭੱਠੇ 'ਤੇ, ਵੀਰਾ ਜੀ ਸਾਡੇ ਭੱਠੇ 'ਤੇ ਕੰਮ ਕਰਦੇ ਸੀ ਇੱਟਾਂ ਦਾ, ਜਦੋਂ ਇੱਥੇ ਇੱਟਾਂ ਬਣਦੀਆਂ, ਅਤੇ ਮੈਨੂੰ ਉੱਥੇ ਕਹਿੰਦੇ ਵੀ ਤੂੰ ਤਾਂ ਸਕਿਨੀ ਬਹੁਤ ਆ, ਅਤੇ ਤੂੰ ਤਾਂ ਕੰਮ ਹੀ ਨਹੀਂ ਹੋਣਾ, ਮੈਂ ਮੇਰਾ 120 ਪਾਉਂਡ ਭਾਰ ਸੀ। ਅੱਛਾ। ਤਾਂ ਫਿਰ ਮੈਂ ਹੋਰ ਬਹੁਤ ਜਗ੍ਹਾ ਗਿਆ, ਸਵੇਰੇ ਨਿਕਲ ਜਾਣਾ, ਕੋਟ ਮੈਨੂੰ ਲੈ ਦਿੱਤਾ ਮੇਰੇ ਵੀਰਾ ਜੀ ਨੇ, ਠੰਡ ਆ, ਅਤੇ ਮੈਂ ਸਵੇਰੇ ਨਿਕਲ ਜਾਣਾ, ਸ਼ਾਮ ਨੂੰ ਆਉਣਾ, ਅਤੇ ਐਪਲੀਕੇਸ਼ਨ ਕਰੀ ਜਾਣੀਆਂ। ਇਵੈਂਚੁਅਲੀ ਫਿਰ ਮੈਨੂੰ ਮੈਂ ਡਰਬੀ ਮੈਨੂੰ ਭੇਜ ਦਿੱਤਾ, ਸਾਡੇ ਪਿੰਡ ਦੇ ਲੋਕ ਸੀਗੇ ਉੱਥੇ ਉੱਥੇ ਫਿਰ ਮੈਂ ਉੱਥੇ ਗੱਡੀਆਂ ਦਾ ਸ਼ੰਟਰ ਜਿਹੜੇ ਹੁੰਦੇ ਆ ਨਾ, ਸ਼ਾਇਦ ਤੁਸੀਂ ਨਾਂ ਲਫ਼ਜ਼ ਸੁਣਿਆ ਹੋਵੇ, ਜਿੱਥੇ ਗੱਡੀਆਂ ਦੇ ਡੈਪੋ ਹੁੰਦੇ, ਡਰਬੀ ਇੱਕ ਬਹੁਤ ਵੱਡਾ ਡੈਪੋ ਆ ਗੁੱਡਸ ਟ੍ਰੇਨਸ ਦਾ, ਮਾਲ ਗੱਡੀਆਂ ਦਾ, ਉੱਥੇ ਫਿਰ ਟ੍ਰੇਨਸ ਆਉਂਦੀਆਂ, ਉਹ ਜਦੋਂ ਟ੍ਰੇਨਸ ਆਉਂਦੀਆਂ ਉਹਨਾਂ ਨੂੰ ਫਿਰ ਵੱਖਰੀਆਂ ਵੱਖਰੀਆਂ ਲਾਈਨਸ 'ਤੇ ਭੇਜ ਕੇ ਵੱਖਰੇ ਵੱਖਰੇ ਸ਼ਹਿਰਾਂ ਲਈ ਟ੍ਰੇਨਸ ਬਣਾਉਂਦੇ ਆ। ਅੱਛਾ ਜੀ। ਡੱਬਿਆਂ ਨੂੰ ਜਦੋਂ ਜਦੇ ਕਰਕੇ, ਸੋ ਉਹ ਉਹਨਾਂ ਨੂੰ ਸ਼ੰਟਰ ਕਹਿੰਦੇ ਜਿਹੜੇ ਉਹ ਕੰਮ ਕਰਦੇ ਆ ਨਾ, ਇਕੱਲੇ ਇਕੱਲੇ ਕਰਕੇ ਡੱਬਿਆਂ ਨੂੰ ਉੱਥੇ ਭੇਜਣਾ ਜਾਂ ਉੱਥੇ ਭੇਜਣਾ, ਨਵੀਂ ਟ੍ਰੇਨ ਬਣਾਉਣੀ ਕਿਸੇ ਹੋਰ ਜਗ੍ਹਾ ਲਈ, ਉਹ ਮੈਂ ਕੰਮ ਕੀਤਾ। ਅੱਛਾ, ਸ਼ੁਰੂਆਤ ਦੇ ਵਿੱਚ? ਸ਼ੁਰੂਆਤ ਦੇ ਵਿੱਚ ਮੈਂ ਫਿਰ 6 ਮਹੀਨੇ ਉੱਥੇ ਉਹ ਕੰਮ ਕੀਤਾ। ਅੱਛਾ, ਇੱਕ ਚੀਜ਼ ਮੇਰੇ ਦਿਮਾਗ 'ਚ ਹੁਣ ਆਉਂਦੀ ਉਹ ਇਹ ਹੈ ਕਿ ਜਦੋਂ ਆਪਾਂ ਇਸ 2020 'ਚ ਵੀ ਗੱਲ ਕਰਦੇ ਹਾਂ ਤਾਂ ਬਾਹਰਲੇ ਮੁਲਕਾਂ 'ਚ ਅੱਜ ਵੀ ਆਪਾਂ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਵੀ ਏਸ਼ੀਅਨਸ ਨੇ ਇਹ ਇੱਥੋਂ ਦੇ ਕਿਉਂ ਨੇ, ਹੁਣ ਤਾਂ ਕਹਿੰਦੇ ਵੀ ਬਹੁਤ ਫਰਕ ਪੈ ਗਿਆ, ਪਰ ਫਿਰ ਵੀ ਇਹ ਚੀਜ਼ ਹੈ। ਪਰ ਜਿਸ ਸਮੇਂ 'ਤੇ ਤੁਸੀਂ ਗੱਲ ਕਰਦੇ ਹੋ ਫਿਰ ਉਦੋਂ ਇਹ ਚੀਜ਼ ਹੈ ਨਹੀਂ ਸੀ? ਦੇਖੋ, ਜਿਹੜੇ ਜਿੱਦਾਂ ਦੇ ਕੰਮ ਮੈਂ ਲੱਭਦਾ ਸੀ ਜਾਂ ਮੈਨੂੰ ਮਿਲ ਸਕਦੇ ਸੀ ਜੀ, ਉੱਥੇ ਕੋਈ ਪ੍ਰੋਬਲਮ ਨਹੀਂ ਸੀ। ਹੁਣ ਦੇਖੋ ਨਾ, ਹੁਣ ਸ਼ੰਟਿੰਗ ਜਿਹੜੀ ਆ, ਪੈਸੇ ਤਾਂ ਰੀਜ਼ਨੇਬਲ ਮਿਲਦੇ ਆ, ਲੇਕਿਨ ਸ਼ੰਟਿੰਗ ਕੋਈ ਇਹੋ ਜਿਹੀ ਪ੍ਰੈਸਟੀਜੀਅਸ ਨੌਕਰੀ ਨਹੀਂ ਹੈ, ਸਧਾਰਨ ਲੋਕਾਂ ਦੀ ਨੌਕਰੀ ਆ, ਉਹ ਤਾਂ ਮਿਲਦੀ ਸੀ। ਨਹੀਂ, ਰਸਤੇ 'ਚ ਰਾਹ ਜਾਂਦਿਆਂ ਨਾਲ ਕੰਮ ਕਰਦਿਆਂ, ਹਾਂ, ਕਿਉਂਕਿ ਵਾਹ ਤਾਂ ਪੈਂਦਾ ਹੀ ਹੈ ਨਾ ਉਹਨਾਂ ਦੇ ਨਾਲ। ਦੇਖੋ, ਰੇਸਿਜ਼ਮ ਤਾਂ ਡੈਫੀਨੇਟਲੀ ਸੀਗਾ ਉਦੋਂ ਵੀ ਜੀ, ਇੰਗਲੈਂਡ ਦੇ ਵਿੱਚ ਰੇਸਿਜ਼ਮ ਸੀ, ਲੇਕਿਨ ਹੌਲੀ ਹੌਲੀ ਹੁਣ ਤਾਂ ਉੱਥੇ ਸਿਚੁਏਸ਼ਨ ਬਹੁਤ ਤਬਦੀਲ ਹੋ ਗਈ ਨਾ। ਹੁਣ ਤਾਂ ਆਪਣੇ ਲੋਕ ਜਿਹੜੇ ਸੈਕਿੰਡ ਥਰਡ ਜਨਰੇਸ਼ਨ ਦੇ ਬੱਚੇ ਉੱਥੇ ਹੈਗੇ, ਉਦੋਂ ਬਹੁਤੇ ਫਸਟ ਜਨਰੇਸ਼ਨ ਦੇ ਹੁੰਦੇ ਸੀ, ਅਤੇ ਜਿਹਨੂੰ ਥੋੜ੍ਹੀ ਬਹੁਤੀ ਅੰਗਰੇਜ਼ੀ ਆਉਂਦੀ ਸੀ ਨਾ। ਜਿੱਦਾਂ ਹੁਣ ਮੈਂ ਇੱਥੋਂ 12ਵੀਂ ਛੱਡ ਕੇ, ਪ੍ਰੀ ਇੰਜੀਨੀਅਰਿੰਗ ਛੱਡ ਕੇ ਗਿਆ ਸੀ, ਸੀਗਾ ਤਾਂ ਮੈਂ ਪਿੰਡਾਂ ਦੇ ਸਕੂਲਾਂ ਦਾ ਪੜ੍ਹਿਆ, ਅਤੇ ਲੇਕਿਨ ਜਦੋਂ ਮੈਂ ਗਿਆ ਤਾਂ ਉਹਨਾਂ ਨੂੰ ਪਤਾ ਸੀ ਵੀ ਇਹ ਕਾਲਜ 1.5 ਸਾਲ ਕਾਲਜ ਲਾ ਕੇ ਆਇਆ, ਤਾਂ ਮੈਨੂੰ ਕਹਿਣਾ ਬਾਤੂ ਆ ਗਿਆ, ਵੀ ਅੰਗਰੇਜ਼ੀ ਬੋਲਣ ਵਾਲਾ ਆ ਗਿਆ, ਆਪਣੇ ਜਿੰਨੇ ਲੋਕ ਸੀਗੇ ਬਾਤੂ। ਫਿਰ ਮੈਨੂੰ ਉਹਨਾਂ ਨੇ ਤਰਜਮਾ ਕਰਨ ਲਈ ਨਾਲ ਲੈ ਕੇ ਜਾਣਾ। ਅੱਛਾ, ਵੀ ਕੀ ਕਹਿੰਦੇ? ਨਹੀਂ ਨਹੀਂ, ਜੇ ਉਹਨਾਂ ਨੇ ਦਫ਼ਤਰ ਜਾਣਾ ਜਾਂ ਅਨਇੰਪਲੋਇਮੈਂਟ ਦੇ ਆਫਿਸ ਜਾਣਾ ਜਾਂ ਡਾਕਟਰ ਕੋਲ ਜਾਣਾ, ਮੈਨੂੰ ਲੈ ਕੇ ਜਾਣਾ ਵੀ ਸਾਡੀ ਬਾਤ ਕਰੂਗਾ।
अच्छा तो मैं पहला तर्जमा करके देखना उन्हें आ करना फिर मैं की कहूँगा अंग्रेजी से क्योंकि अंग्रेजी बोली तो नहीं सी इतने बिल्कुल सही तो जो उन्होंने कोई गलत सवाल पूछ लेना फिर सोचना हूँ यह कि फिर अड़का पै जाना अच्छा सो ये जड़िया चीज़ा ये तो तकलीफ आँदी है ना इन चीज़ों की सारिया क्या बात अच्छा ये तुम जिमें जिमें दसी जाने ना तो मेरे दिमाग फिल्म वागू चली आता भी एक वो मुंडा किमें गया होगा गोरे जिहड़े किवें गल्लां करदे होणगे हुण तां इह आ ना वी इक आलस दा टैसट आ जी तुसीं दिओगे फिर ही तुहानूं जाण देणा बंदा चलो इधर दो चार छे महीने टक्करां मार के गुजारे जोगी अंग्रेज़ी सिख के जांदा पर उधर जिवें तुसीं दस रहे हो इह तां बड़ा औखा सी पर इह सारा कुछ चलदिआं फिर लंडन तों कनेडा वल नूं सबब किवें बण गिआ देखो लंडन मैं बहुत सारिया नौकरियां कीतीआं शंटिंग कीती मैं स्कूल च जिहड़े लैब असिस्टेंट हुंदे आ एक्सपैरिमेंट सैट करदे आ नौवीं दसवीं ग्यारहवीं वाले ओह काम किया तो मैं कार पार्ट्स फैक्ट्री भी काम किया होर भी एक दो काम किए तो नाल नाल मैं ईवनिंग क्लासिस जांदा सी मैं एक दो ओ लैवल्स भी किए अच्छा जी ईवनिंग्स दे विच पढ़ के प्राइवेटली तो फिर मैं कॉलेज यूनिवर्सिटी दाखला लेना चाहिया क्योंकि मैं बी ए करना चाहता सी लॉ एंड पॉलिटिक्स की फिर यूनिवर्सिटी नवीं नवीं बनी सी यूनिवर्सिटी ऑफ खील न्यूकासल अंडर लाइम उत्थे उन्होंने मैं इंटरव्यू ले भी साथ लिया द ओनली वन मैं बहुत अर्जियां कीतियां जब मैं इंटरव्यू ले गया तो उत्थे डीन बैठा सी एक दो प्रोफेसर सी नाल तो मैनू कहिंदे वी तैनू असीं लॉ जद तक मेरी अंग्रेजी जिहड़ी सी मैं बी बी सी सुन सुन के बहुत पढ़िया उन्हें तीन सालों मैं ढाई तीन साल मेरी अंग्रेजी ठीक हो गई सी ਮਤਲਬ ਪੂੰਡ ਕੱਢ ਦਿੱਤੇ ਸੀ ਅੰਗਰੇਜ਼ੀ ਵਾਲੇ ਮੈਂ ਪੜ੍ਹਨ ਜੋਗਾ ਹੋ ਗਿਆ ਸੀ ਤੇ ਪੂੰਡ ਪੂਰੇ ਨਹੀਂ ਨਿਕਲੇ ਤਿੰਨਾਂ ਸਾਲਾਂ ਦਾ ਪੰਜਾਬੀ ਬੰਦਾ ਕੱਢ ਦਿੰਦਾ ਤੇ ਉੱਥੇ ਬੀ ਬੀ ਸੀ ਉਸ ਵੇਲੇ ਹੁਣ ਵੀ ਉੱਥੇ ਕਮਰਸ਼ਲ ਨਹੀਂ ਹੁੰਦੇ ਸੀ ਜੀ ਤੇ ਇੰਟਰਵਿਊਜ਼ ਹੁੰਦੀਆਂ ਸੀ ਡਾਇਲੋਗਸ ਹੁੰਦੇ ਸੀ ਉਹ ਸੁਣੀ ਜਾਣੇ ਫਿਰ ਉਹਦੇ ਨਾਲ ਅੰਗਰੇਜ਼ੀ ਜਿਹੜੀ ਪੜ੍ਹੀ ਜਾਣਾ ਬਹੁਤ ਅਤੇ ਜਦੋਂ ਮੈਂ ਉਹਨਾਂ ਨਾਲ ਇੰਟਰਵਿਊ ਗਿਆ ਤਾਂ ਮੈਨੂੰ ਕਹਿੰਦੇ ਤੈਨੂੰ ਅਸੀਂ ਅਗਲੇ ਸਾਲ ਲੋਅ ਐਂਡ ਪੋਲੀਟਿਕਸ ਦੀ ਡਿਗਰੀ ਦੇ ਵਿੱਚ ਤੈਨੂੰ ਦਾਖਲਾ ਦੇ ਦੇਵਾਂਗੇ ਇੱਕ ਸ਼ਰਤ 'ਤੇ ਓਕੇ ਉਹ ਕਹਿੰਦੇ ਵੀ ਜਿਹੜੀ ਤੂੰ ਬ੍ਰਿਟਿਸ਼ ਹਿਸਟਰੀ ਆ ਨਾ ਉਹਦੀ ਓ ਲੈਵਲ ਕਰ ਲਾ ਅੱਛਾ ਸੋ ਉਹ ਕਹਿੰਦੇ ਬਾਕੀ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ ਉਹ ਬ੍ਰਿਟਿਸ਼ ਹਿਸਟਰੀ ਓ ਲੈਵਲ ਦਾ ਆ ਕੇ ਮੈਂ ਸਿਲੇਬਸ ਦੇਖਿਆ ਸਿਲੇਬਸ ਦੇ ਵਿੱਚ ਇੱਕ ਕੁਈਨ ਅਲਿਜ਼ਬੈਥ ਦੂਜਾ ਕਿੰਗ ਜੋਰਜ ਕਈ ਕਿੰਗ ਜੋਰਜ ਬਣੇ ਉੱਥੇ ਮੈਨੂੰ ਕੋਈ ਸਮਝ ਨਾ ਆਵੇ ਇਟ ਵਾਜ਼ ਆਲ ਏਲੀਅਨ ਟੂ ਮੀ ਨਵੀਂ ਚੀਜ਼ ਸੀ ਸਾਰੀ ਤਾਂ ਫਿਰ ਮੈਂ ਬੜਾ ਮਹਿਸੂਸ ਕੀਤਾ ਵੀ ਇਹ ਮੇਰੇ ਲਈ ਬਹੁਤ ਔਖਾ ਆ ਮੈਂ ਬੀ ਏ ਕਰ ਸਕਦਾ ਐੱਮ ਏ ਕਰ ਸਕਦਾ ਜਿਹੜੀ ਬ੍ਰਿਟਿਸ਼ ਹਿਸਟਰੀ ਓ ਲੈਵਲ ਪਾਸ ਕਰਨੀ ਆ ਨਾ ਕਿਉਂਕਿ ਮੈਂ ਜ਼ਿੰਦਗੀ 'ਚ ਕਦੇ ਘੋਟਾ ਨਹੀਂ ਲਾਇਆ ਜੀ ਮੈਨੂੰ ਘੋਟਾ ਲੱਗਦਾ ਨਹੀਂ ਅਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਘੋਟੇ ਨਾਲ ਚੇਤੇ ਰਹਿੰਦੀਆਂ ਬਿਲਕੁਲ ਸਹੀ ਤਾਂ ਫਿਰ ਉਹਨਾਂ ਦਿਨਾਂ 'ਚ ਮੇਰੇ ਦੋਸਤ ਸੀ ਉਹ ਕਹਿੰਦੇ ਅਸੀਂ ਪੰਜਾਬੀ ਦਾ ਪਰਚਾ ਕੱਢਣਾ ਮੈਂ ਬੋਲ ਲੈਂਦਾ ਸੀ ਲਿਖ ਪੜ੍ਹ ਲੈਂਦਾ ਸੀ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਪਰਚਾ ਕੱਢ ਪੰਜਾਬੀ ਦਾ ਤਾਂ ਉਹਦਾ ਨਾਂ ਸੀ ਮਮਤਾ ਵੀਕਲੀ ਜੀ ਅਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਪਰਚਾ ਤਾਂ ਮੈਂ ਲਿਖਦਾ ਸੀ ਪੜ੍ਹਦਾ ਸੀ ਸਾਰੇ ਪੇਸਟ ਕਰਕੇ ਲਾਈਦਾ ਸੀ ਪ੍ਰਿੰਟ ਕਰਵਾਈਦਾ ਸੀ ਕੁਛ ਹੱਥਾਂ ਨਾਲ ਲਿਖੀਦਾ ਸੀ ਲੇਕਿਨ ਮੈਨੂੰ ਐਵੇਂ ਅਸਿਸਟੈਂਟ ਐਡੀਟਰ ਦਾ ਉਹਨਾਂ ਨੇ ਅਹੁਦਾ ਦੇ ਦਿੱਤਾ ਵੀ ਨਿਆਣਾ ਇਹਨੂੰ ਥੋੜ੍ਹਾ ਜਿਹਾ ਖਿੱਲੀਆਂ ਪਾਓ ਤਾਂ ਉਹ ਸਿਆਣੇ ਸੀ ਮੇਰੇ ਨਾਲੋਂ ਤਾਂ ਉਹ ਫਿਰ ਮੈਂ ਤਿੰਨ ਚਾਰ ਮਹੀਨੇ ਲੰਡਨ ਰਿਹਾ ਉਹ ਜਦੋਂ ਪਰਚਾ ਕੱਢਦੇ ਸੀ ਉਹ ਪਰਚਾ ਪ੍ਰਿੰਟ ਕਰਾ ਕੇ ਲਿਆਉਣਾ ਝੋਲੇ ਭਰ ਕੇ ਲਿਆਉਣੇ ਉਹਨੂੰ ਫੋਲਡ ਕਰਨਾ ਫਿਰ ਮੇਲ ਕਰਨਾ ਦੁਕਾਨਾਂ ਨੂੰ ਲੋਕਾਂ ਨੂੰ ਉਹਦੇ ਦੌਰਾਨ ਮੈਂ ਉਚਾਟ ਜਿਹਾ ਵੀ ਹੋਇਆ ਸੀ ਜਿੱਦਾਂ ਕਿ ਹੋ ਹੀ ਜਾਂਦੇ ਤੁਸੀਂ ਜਦੋਂ ਤੁਸੀਂ ਬਾਹਰ ਗਏ ਹੋਵੋ ਇਕੱਲੇ ਹੋਵੋ ਮੇਰੇ ਬੀਬੀਰਾ ਹੀ ਸੀਗੇ ਮੇਰੇ ਤਾਜ ਦੇ ਲੜਕੇ ਉਹ ਬੈਡਫੋਰਡ ਰਹਿੰਦੇ ਸੀ ਬਹੁਤ ਹੈਲਪ ਕੀਤੀ ਉਹਨਾਂ ਨੇ ਮੇਰੀ ਅਤੇ ਮੈਂ ਫਿਰ ਇੱਕ ਦਫਾ ਮੈਨੂੰ ਕੈਨੇਡੀਅਨ ਇਮੀਗ੍ਰੇਸ਼ਨ ਦਾ ਆਫਿਸ ਦਿਸ ਪਿਆ ਮੈਂ ਕਿਹਾ ਟ੍ਰਫਾਲਗਰ ਸਕੁਆਇਰ ਸੀ ਜਾਂ ਗਰੋਵਨਰ ਸਕੁਆਇਰ ਹੁਣ ਮੈਨੂੰ ਯਾਦ ਭੁੱਲ ਗਿਆ ਤੁਰੇ ਜਾਂਦੇ ਨੂੰ ਦਿਸ ਪਿਆ ਤਾਂ ਮੈਂ ਅੰਦਰ ਵੜ ਗਿਆ ਅੱਛਾ ਕਿਉਂਕਿ ਮੇਰੇ ਮਾਸੀ ਜੀ ਕੈਨੇਡਾ ਗਏ ਸੀ 50s ਦੇ ਅੱਛਾ ਜੀ ਅਤੇ ਉਹ ਮੈਨੂੰ ਬਹੁਤ ਵਧੀਆ ਪੋਸਟ ਕਾਰਡਸ ਵਗੈਰਾ ਭੇਜਦੇ ਰਹਿੰਦੇ ਸੀ ਚਿੱਠੀਆਂ ਲਿਖਦੇ ਰਹਿੰਦੇ ਸੀ ਮੈਂ ਕਹਿਣਾ ਵੀ ਇਹ ਵਧੀਆ ਮੁਲਕ ਆ ਉਹ ਹਰਿਆਲੀ ਆ ਦਰਿਆ ਆ ਸਮੁੰਦਰ ਆ ਪਹਾੜ ਆ ਅਤੇ ਮੈਂ ਉੱਥੇ ਜਾ ਵੜਿਆ ਮੈਂ ਉਹਨਾਂ ਨੇ ਕਿਹਾ ਮੈਂ ਕੈਨੇਡਾ ਜਾਣਾ ਉੱਥੇ ਖਾਲੀ ਦਫ਼ਤਰ ਪਿਆ ਸੀ ਉਹਨਾਂ ਦਿਨ 'ਚ ਕੋਈ ਕੈਨੇਡਾ ਜਾਂਦਾ ਹੀ ਨਹੀਂ ਸੀ ਹੁੰਦਾ ਅੱਛਾ ਖਾਲੀ ਦਫ਼ਤਰ ਪਿਆ ਉਹ ਬੈਠੇ ਜਿਹਨਾਂ ਦੇ ਟਵਿਟਲਿੰਗ ਦੇ ਥੰਬਸ ਤਾਂ ਮੈਨੂੰ ਕਹਿੰਦੇ ਤੂੰ ਹੁਣੇ ਹੀ ਅਰਜ਼ੀ ਕਰ ਅੱਛਾ ਮੈਨੂੰ ਕਹਿੰਦੇ ਭਰ ਦੇ ਮੈਂ ਕਿਹਾ ਮੇਰੇ ਕੋਲ ਡਾਕੂਮੈਂਟ ਕੋਈ ਨਹੀਂ ਮੈਂ ਉਸੇ ਵੇਲੇ ਕਹਿੰਦਾ ਤੂੰ ਭਰ ਦੇ ਉਹ ਬੰਦੇ ਨੇ ਮੇਰੀ ਹੈਲਪ ਕੀਤੀ ਮੈਂ ਡਾਕੂਮੈਂਟ ਸਾਰਾ ਭਰ ਦਿੱਤਾ ਉਹਨੇ ਮੈਨੂੰ ਪ੍ਰੋਵੀਜ਼ਨਲ ਐਕਸੈਪਟੈਂਸ ਕਰਕੇ ਮੈਨੂੰ ਮੈਡੀਕਲ ਦੇ ਦਿੱਤੇ ਕਾਗਜ਼ ਅਤੇ ਨਾਲ ਕਿਹਾ ਵੀ ਜਦੋਂ ਆਪਣਾ ਡਾਕੂਮੈਂਟ ਲੈ ਆਈ ਨਾਲੇ ਪਾਸਪੋਰਟ ਲੈ ਆਈ ਨਾਲੇ ਮੈਡੀਕਲ ਲੈ ਆਈ ਤਾਂ ਤੇਰੇ ਮੋਹਰ ਲਾ ਦਵਾਂਗੇ ਸੌਖਾ ਕਨੇਡਾ
ਆਹ ਗੱਲ ਤੁਸੀਂ ਅੱਜ ਕਿਸੇ ਨੂੰ ਦੱਸ ਦਿਓ, ਬੰਦਾ ਚਰਨ ਧੋ ਧੋ ਪੀਂਦਾ ਉਸ ਬੰਦੇ ਦੇ ਜਿਹੜਾ ਇੱਦਾਂ ਕਿਤੇ ਕਰ ਦੇਵੇ। ਇੱਦਾਂ ਮੈਂ ਕੈਨੇਡਾ ਪਹੁੰਚਾ ਜੀ। ਅੱਛਾ, ਇਹਦਾ ਮਤਲਬ ਇਹ ਹੋ ਗਿਆ ਕਿ ਵੀ ਉਜਲ ਦੁਸਾਂਝ ਹੋਰਾਂ ਨੂੰ ਜਦੋਂ ਪਿੰਡੋਂ ਲੰਡਨ ਜਾਣਾ ਸੀ, ਯੂਕੇ ਜਾਣਾ ਸੀ, ਉਦੋਂ ਵੀ ਸਟਰਗਲ ਕਰਨੀ ਪਈ ਅਤੇ ਫਿਰ ਉੱਥੇ ਮਨ ਨੂੰ ਚਾਟ ਹੋ ਗਿਆ ਅਤੇ ਫਿਰ ਇੱਕ ਹੋਰ ਉਡਾਰੀ ਮਾਰ ਜੀ। ਹੁਣ ਇਹਦੇ ਮੈਂ ਸਮਝ ਸਕਦਾ ਵੀ ਜਿਹੜਾ ਬੰਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਵੇ ਅਤੇ ਉਹ ਉੱਥੇ ਜਾ ਕੇ ਸੈੱਟ ਹੋਇਆ ਹੋਵੇ ਨਾ, ਅਤੇ ਉਦੋਂ ਬਾਅਦ ਉਡਾਰੀ ਮਾਰਨ ਨੂੰ ਜੀ ਨਹੀਂ ਕਰਦਾ। ਪਰ ਤੁਸੀਂ ਕੈਨੇਡਾ ਵਾਲਾ ਪੰਗਾ ਲੈ ਲਿਆ, ਪੰਗਾ ਕਾਹਦਾ ਲੈ ਲਿਆ ਵੀ ਤੁਸੀਂ ਤਾਂ ਗਏ ਸੀ, ਅਗਲਾ ਨੇ ਧੱਕੇ ਨਾ ਕੱਢਦਾ ਵੀ ਚੱਲ ਕੈਨੇਡਾ। ਹੁਣ ਉੱਥੇ ਜਾ ਕੇ ਫਿਰ ਇਹ ਨਹੀਂ ਸੀ ਲੱਗਦਾ ਵੀ ਮੈਂ ਗਲਤੀ ਕਰ ਲਈ, ਜਾਂ ਇਹ ਲੱਗਿਆ ਕਿ ਵੀ ਨਹੀਂ ਠੀਕ ਹੈ ਕੰਮ? ਦੇਖੋ ਪਹਿਲੇ ਦੋ ਤਿੰਨ ਮਹੀਨੇ, ਪੰਜ ਛੇ ਮਹੀਨੇ ਮੈਨੂੰ ਬਹੁਤ ਲੱਗਾ ਜੀ ਕਿ ਮੈਂ ਪਹਿਲਾਂ ਉੱਜੜ ਕੇ ਵਸਿਆ। ਹਾਂਜੀ, ਮੈਂ ਉਹੀ ਤਾਂ ਹੀ ਮੈਂ ਸਵਾਲ ਕੀਤਾ ਤੋਂ ਇੰਗਲੈਂਡ ਜੀ, ਫਿਰ ਮੈਂ ਉੱਜੜਿਆ ਕੈਨੇਡਾ ਜਾਣ ਲਈ। ਜਿਹੜਾ ਕੁਛ ਮੈਂ ਸਾਢੇ ਤਿੰਨ ਸਾਲਾਂ 'ਚ ਸਿੱਖਿਆ ਸੀ ਇੰਗਲੈਂਡ ਬਾਰੇ, ਕਾਨੂੰਨ ਬਾਰੇ, ਵਟ ਮੇਕਸ ਪੀਪਲ ਟਿਕ, ਚੀਜ਼ਾਂ ਬਾਰੇ, ਹਿਸਟਰੀ ਬਾਰੇ, ਉਹ ਮੈਂ ਉਹ ਮੇਰੇ ਕਿਸੇ ਕੰਮ ਨਹੀਂ ਆਇਆ ਜੀ। ਕਿਉਂ ਕੈਨੇਡਾ ਨਵਾਂ ਮੁਲਕ ਆ, ਕੈਨੇਡਾ ਦਾ ਕਲਚਰ ਡਿਫਰੈਂਟ ਆ, ਲੈਂਗੁਏਜਸ ਡਿਫਰੈਂਟ ਆ, ਐਕਸਪ੍ਰੈਸ਼ਨਸ ਡਿਫਰੈਂਟ ਆ, ਉਹ ਮੈਂ ਜ਼ਰੂਰ ਮਹਿਸੂਸ ਕੀਤਾ। ਲੇਕਿਨ ਪਹਿਲਾਂ ਮੈਂ ਗਲਤੀ ਹੋ ਗਈ ਜੀ। ਲੇਕਿਨ ਜਦੋਂ ਫਿਰ ਤੁਹਾਨੂੰ ਪਤਾ, ਜਦੋਂ ਰੋਟੀ ਕਮਾਉਣੀ ਪੈਂਦੀ ਹੈ, ਪੰਜਾਬੀ 'ਚ ਕਹਿੰਦੇ ਕੰਨਾ ਪੈ ਜਾਂਦਾ, ਫਿਰ ਜਦੋਂ ਕੰਨਾ ਪੈ ਗਿਆ ਨਾ, ਫਿਰ ਮੈਂ ਫੱਟੇ ਖਿੱਚਣ ਲੱਗ ਪਿਆ ਮੇਲੇ 'ਚ। ਅੱਛਾ ਜੀ। ਅਤੇ ਕਿਉਂਕਿ ਮੇਰੇ ਮਾਸੜੀ ਜਿਹੜੇ ਸੀ ਉਹ ਲੰਬਰ ਮਿਲ ਦੇ ਵਿੱਚ ਗ੍ਰੇਡਰ ਸੀ, ਉਹਨਾਂ ਨੇ ਉਹ ਕਹਿੰਦੇ ਕਾਕਾ ਤੈਨੂੰ ਮੈਂ ਮਿਲ 'ਚ ਲਵਾ ਦਿੰਦਾ, ਮੈਂ ਤੂੰ ਪਹਿਲਾਂ ਫਸਟ ਏਡ ਅਟੈਂਡੈਂਟ ਦਾ ਕੋਰਸ ਕਰ ਲਾ। ਅਤੇ ਮੇਰੇ ਫਾਦਰ ਮੈਨੂੰ ਪਹਿਲਾਂ ਡਾਕਟਰ ਬਣਾਉਣਾ ਚਾਹੁੰਦੇ ਸੀ। ਅੱਛਾ ਜੀ। ਫਿਰ ਕਹਿੰਦੇ ਨਹੀਂ ਕਾਕਾ ਇੰਜੀਨੀਅਰ ਬਣਨਾ, ਤਾਂ ਹੀ ਮੈਂ ਉਹ ਚਾਰਟ ਹੋਇਆ ਸੀ ਪੜ੍ਹਾਈ ਤੋਂ। ਅੱਛਾ ਜੀ। ਅਤੇ ਫਿਰ ਮੈਂ ਕਿਹਾ ਹੁਣ ਡਾਕਟਰ ਨਹੀਂ ਬਣੇ, ਚਲੋ ਫਸਟ ਏਡ ਅਟੈਂਡੈਂਟ ਹੀ ਬਣ, ਇੰਡਸਟਰੀਅਲ ਫਸਟ ਏਡ ਅਟੈਂਡੈਂਟ ਦਾ ਕੋਰਸ ਕੀਤਾ ਜੀ। ਫਿਰ ਮਾਸੀ ਜੀ ਕੋਲ ਰਹਿ ਕੇ ਫਿਰ ਉਹਨਾਂ ਨੇ ਮੈਨੂੰ ਮਿਲ ਦੇ ਵਿੱਚ ਫਸਟ ਏਡ ਅਟੈਂਡੈਂਟ ਦੇ ਤੌਰ 'ਤੇ ਲਵਾ ਤਾ। ਮੈਨੂੰ 10 ਸੈਂਟ ਘੰਟੇ ਦੇ ਵੱਧ ਮਿਲਦੇ ਹੁੰਦੇ ਸੀ ਬਾਕੀਆਂ ਨਾਲੋਂ, ਅਤੇ ਡੇ ਸ਼ਿਫਟ ਸੀ ਰੈਗੂਲਰ, ਸ਼ਿਫਟ ਚੇਂਜ ਨਹੀਂ ਸੀ ਹੁੰਦੀ। ਉਹਦੇ ਨਾਲ ਮੈਨੂੰ ਇਹ ਫਾਇਦਾ ਹੋਇਆ ਕਿ ਮੈਂ ਈਵਨਿੰਗ ਕਲਾਸਿਸ ਜਾਣ ਲੱਗ ਪਿਆ ਮੁੜ ਕੇ, ਫਿਰ ਪੜ੍ਹਾਈ, ਕਿਉਂਕਿ ਮੈਂ ਇੰਗਲੈਂਡ 'ਚ ਵੀ ਜਾਂਦਾ ਸੀ, ਬੈਡਫੋਰਡ ਜਿੰਨਾ ਚੱਲ ਰਿਹਾ, ਇੱਥੇ ਵੀ ਜਾਣ ਲੱਗ ਪਿਆ। ਅਤੇ ਮੈਂ ਸ਼ੰਟਿੰਗ ਦੀ ਜਿਹੜੀ ਪਹਿਲੀ ਜੋਬ ਸੀ ਐਕਚੁਲੀ ਡਰਬੀ 'ਚ, ਉਹ ਛੱਡੀ ਵੀ ਇਸ ਕਰਕੇ ਸੀ ਕਿ ਉੱਥੇ ਸ਼ਿਫਟ ਵਰਕ ਸੀ, ਮੈਂ ਈਵਨਿੰਗ ਨਹੀਂ ਸੀ ਪੜ੍ਹ ਸਕਦਾ, ਮੈਂ ਛੱਡ ਕੇ ਆ ਗਿਆ। ਉਹਦੇ ਬਹੁਤ ਪੈਸੇ ਮਿਲਦੇ, £22 ਮੈਂ ਹਫ਼ਤੇ ਦੇ ਕਮਾਉਂਦਾ ਹੁੰਦਾ ਸੀ। ਅੱਛਾ। ਅਤੇ ਜਦੋਂ ਮੈਂ ਬੈਡਫੋਰਡ ਆ ਕੇ ਕੰਮ ਸ਼ੁਰੂ ਕੀਤਾ ਤਾਂ ਕਿ ਮੈਂ ਈਵਨਿੰਗ ਕਲਾਸਿਸ ਜਾ ਸਕਾਂ, ਤਾਂ ਮੈਨੂੰ £7.5 ਹਫ਼ਤੇ ਦੇ ਮਿਲਦੇ ਹੁੰਦੇ ਸੀ। ਅੱਛਾ ਜੀ। ਸੋ ਮਤਲਬ ਮੈਂ ਪੜ੍ਹਨਾ ਚਾਹੁੰਦਾ ਸੀ, ਅਤੇ ਜਦੋਂ ਫਿਰ ਮੈਂ ਕੈਨੇਡਾ, ਮੈਨੂੰ ਸ਼ਿਫਟ ਵਰਕ ਤੋਂ ਬਿਨਾਂ ਮੈਨੂੰ ਡੇ ਸ਼ਿਫਟ ਮਿਲ ਗਈ। ਮੇਰੇ ਬ੍ਰਦਰ ਵੀ ਉਸੇ ਮਿਲ 'ਚ ਆ ਗਏ ਸੀ, ਉਹਨਾਂ ਨੂੰ ਸੱਦ ਲਿਆ ਸੀ ਮੈਂ, ਉਹ ਵੀ ਉਸੇ ਮਿਲ 'ਚ, ਉਹ ਸ਼ਿਫਟ ਵਰਕ ਕਰਦੇ ਸੀ, ਮੈਂ ਡੇ ਸ਼ਿਫਟ 'ਤੇ ਸੀ। ਅੱਛਾ। ਅਤੇ ਮੈਂ ਫਿਰ ਨਾਈਟ ਕਲਾਸਿਸ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਮੈਂ 1.5 ਸਾਲ ਕੰਮ ਕੀਤਾ ਮਿਲ 'ਚ, ਤਾਂ ਉਹਨਾਂ ਮੈਂ ਹਾਫ ਈਅਰ ਬੀ ਏ ਦਾ ਕੰਪਲੀਟ ਕਰ ਲਿਆ ਸੀ ਈਵਨਿੰਗ ਕਲਾਸਿਸ ਦੇ ਵਿੱਚ। ਫਿਰ ਮੇਰੀ ਕਮਰ 'ਤੇ ਸੱਟ ਲੱਗ ਗਈ, ਮਿਲ ਫੱਟੇ ਖਿੱਚਦੇ ਬਹੁਤ ਵੱਡੇ ਵੱਡੇ ਫੱਟੇ ਹੁੰਦੇ ਸੀ, ਸ਼ਤੀਰਾਂ ਨਾਲੋਂ ਵੀ ਵੱਡੇ ਜੀ ਜੀ ਜੀ। ਅਤੇ ਉਹਦੇ ਨਾਲ ਫਿਰ ਜਿਹੜੀ ਮੇਰੀ ਰੀੜ੍ਹ ਦੀ ਹੱਡੀ ਸੀ ਉਹ ਡਿਸਪਲੇਸ ਹੋ ਗਈ, ਉਹਨੂੰ ਫਿਰ ਦੈਨ ਓਪਰੇਸ਼ਨ ਹੋਇਆ। ਉਹ ਤੋਂ ਬਾਅਦ ਫਿਰ ਮੈਂ ਕੰਮ ਨਹੀਂ ਸੀ ਕਰ ਸਕਦਾ, ਮੈਂ ਜਾਣਾ ਤਾਂ ਸੀਗਾ ਫੁੱਲ ਟਾਈਮ ਐਜੂਕੇਸ਼ਨ, ਪਰ ਉਹਦੇ ਨਾਲ ਸਗੋਂ ਮੈਨੂੰ ਛੇਤੀ ਜਾਣਾ ਪਿਆ ਰਾਦਰ ਦੈਨ ਵੇਟ ਕਰਕੇ। ਅੱਛਾ ਜੀ। ਅੱਛਾ, ਇੱਕ ਚੀਜ਼ ਮੈਨੂੰ ਦੱਸੋ ਇੱਥੇ ਦੁਸਾਂਝ ਸਾਹਿਬ, ਕਿ ਜਦੋਂ ਤੁਸੀਂ ਇਹ ਸਾਰਾ ਕੁਛ ਕਰ ਰਹੇ ਸੀ, ਇਹ ਸਾਰੇ ਦੌਰਾਨ ਪਿੰਡ ਕਮਿਊਨੀਕੇਸ਼ਨ ਕਿਵੇਂ ਹੁੰਦਾ ਸੀ, ਅਤੇ ਜਿਸ ਕਿ ਇਹਦੇ ਵਿੱਚ ਤੁਸੀਂ ਗਏ ਹੋਵੋਗੇ, ਉਸ ਤੋਂ ਬਾਅਦ ਇੱਕ ਅਗਲਾ ਫਿਕਰ ਵੀ ਹੁੰਦਾ, ਉਹ ਫਿਕਰ ਹੁੰਦਾ ਵੀ ਯਾਰ ਹੁਣ ਮੁੰਡਾ ਬਾਹਰ ਚੱਲ ਗਿਆ ਹੈ, ਹੁਣ ਕਮਾਉਣ ਲੱਗ ਪਿਆ, ਅਤੇ ਇਹਨੂੰ ਹੁਣ ਵਿਆਹੀਏ। ਮੈਂ ਉਹ ਐਪੀਸੋਡ ਮਿਸ ਨਹੀਂ ਕਰਨਾ ਚਾਹੁੰਦਾ। ਦੇਖੋ ਮੇਰੇ ਫਾਦਰ, ਅਸੀਂ ਕੋਈ ਅਮੀਰ ਪਰਿਵਾਰ ਨਹੀਂ ਸੀ ਜੀ, ਜੇ ਹੁੰਦਾ ਤਾਂ ਸ਼ਾਇਦ ਮੈਂ ਜਾਂਦਾ ਹੀ ਨਾ। ਸਾਡੇ ਕੋਲ ਮੇਰੇ ਫਾਦਰ ਅਤੇ ਮੇਰੇ ਤਾਇਆ ਜੀ, ਅਸੀਂ ਪਿੱਛੇ ਇਕੱਠੇ ਸੀ ਜ਼ਮੀਨ, ਅਜੇ ਵੀ ਸਾਡੀ ਜ਼ਮੀਨ ਇਕੱਠੀ ਹੈ ਅਤੇ ਇਕੱਠੇ ਰਹੇ ਹਾਂ। ਅਤੇ 5 ਏਕੜ ਜ਼ਮੀਨ ਸੀ ਦੋ ਭਰਾਵਾਂ ਕੋਲ, 10-11 ਜੀ ਸੀ ਪਰਿਵਾਰ ਦੇ, ਸਿਰਫ ਇਹ ਮਾਸ ਟੀਚਰ ਸੀਗੇ, ਇਹਨਾਂ ਨੇ ਸਕੂਲ ਚਲਾਇਆ ਸੀ 1932 'ਚ ਪਿੰਡ ਦਾ ਸਕੂਲ, ਉੱਥੇ ਫਿਰ 1962 'ਚ ਰਿਟਾਇਰ ਹੋਏ ਉੱਥੋਂ। ਅਤੇ ਲੇਕਿਨ ਇਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਕਾਕਾ ਮੈਨੂੰ ਤੇਰੇ ਪੈਸਿਆਂ ਦੀ ਲੋੜ ਨਹੀਂ। ਅੱਛਾ ਜੀ। ਤੂੰ ਪੜ੍ਹ ਲਈ। ਮੇਰੇ ਫਾਦਰ ਦੇ ਜਿਹੜੇ ਆਖਰੀ ਲਫ਼ਜ਼ ਸੀਗੇ ਨਾ, ਉਹ ਇਸ ਜੋ ਜਹਾਜ਼ ਚੜ੍ਹਾ ਕੇ ਮੈਨੂੰ ਗਏ ਆ, ਭਾਈ ਕਨੱਥਾ ਸਿਆਂ, ਹੀ ਯੂਜ਼ ਟੂ ਕਾਲ ਮੀ ਦੈਟ, ਭਾਈ ਕਨੱਥਾ ਸਿਆਂ ਮੈਨੂੰ ਤੇਰੇ ਪੈਸੇ ਦੀ ਲੋੜ ਨਹੀਂ, ਰੋਟੀ ਮਿਲਦੀ ਆ, ਤੂੰ ਪੜ੍ਹ ਲਈ। ਅਤੇ ਮੈਥੋਂ ਉਹਨਾਂ ਨੇ ਸਾਰੀ ਉਮਰ ਕਦੇ ਪੈਸੇ ਦੀ ਕੋਈ ਮੰਗ ਨਹੀਂ ਕੀਤੀ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ
कि उन्होंने मैनू कदे ये नहीं कहा सी वे तू ब्याह करा जां ना करा। अच्छा जी। ते जदों मैनू किसी ने परिवार च किया भी तो मैं उल्टा उन्होंने कहा तुसीं करा लो दुबारा। मैनू लोड़ नहीं। मैनू लोड़ नहीं। अच्छा जी। जिन्ना चिर मैनू मेरी जिहड़ी हुण जीवन साथण आ ओह नहीं मिली जी उन्ना चिर मैनू किसी ने ब्याह ले किया नहीं। अच्छा जी। ਜਦੋਂ ਤੁਸੀਂ ਆਹ ਸ਼ਬਦ ਵਰਤਿਆ ਨਾ ਤੇ ਮੈਨੂੰ ਇਹ ਥੋੜਾ ਜਿਹਾ ਐਪੀਸੋਡ ਹੋਰ ਕਿਉਰਿਓਸਿਟੀ ਵਾਲਾ ਜਾਪਣ ਲੱਗ ਪਿਆ। ਜਦੋਂ ਇੱਕ ਬੰਦਾ ਉਹ ਕਹਿੰਦਾ ਵੀ ਮੈਂ ਵਿਆਹ ਕਰਾਉਣਾ ਨਹੀਂ ਤੇ ਫਿਰ ਕੋਈ ਬੰਦਾ ਐਸਾ ਮਿਲ ਜਾਵੇ ਜਿਸ ਤੋਂ ਬਾਅਦ ਬੰਦਾ ਇਹ ਡਿਸੀਜਨ ਬਦਲ ਲਵੇ ਲੋਕ ਕਰਾਉਣਾ ਨਹੀਂ ਇਨ ਦਾ ਸੈਂਸ ਐਟ ਦੈਟ ਮੂਮੈਂਟ। ਹਾਂ ਮੈਂ ਸਮਝ ਗਿਆ ਪਰ ਇਹ ਇਹ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਇਹ ਰਿਸ਼ਤੇਦਾਰੀ ਦਾ ਪ੍ਰਭਾਵ ਘੱਟ ਹੈ ਤੇ ਤੁਹਾਡਾ ਆਪਣਾ ਡਿਸੀਜਨ ਜ਼ਿਆਦਾ ਹੈ ਹੀ ਡਿਸੀਜਨ ਆਪਣਾ ਜੀ। ਇਹਦਾ ਮਤਲਬ ਫਿਰ ਇਹ ਐਪੀਸੋਡ ਸੁਣਨ ਵਾਲਾ ਥੋੜ੍ਹਾ ਸੁਣਾਓ। ਇਹ ਐਪੀਸੋਡ ਇੱਦਾਂ ਜੀ ਮੈਂ ਜਦੋਂ ਫਿਰ ਮੈਂ ਕਾਲਜ ਪੜ੍ਹਨ ਲੱਗ ਪਿਆ ਜੀ ਜਦੋਂ ਮੇਰੇ ਕਾਮਰ ਸੱਟ ਲੱਗਣ ਤੋਂ ਨਾ ਮੈਂ ਛੇਤੀ ਪੜ੍ਹਨ ਲੱਗ ਪਿਆ ਫੁੱਲ ਟਾਈਮ ਜੀ। ਉਹ ਕਾਲਜ ਅਜੇ ਨਵਾਂ ਚੱਲਿਆ ਸੀ ਅਤੇ ਅਜੇ ਪਹਿਲੀ ਟਰਮ ਦਾ ਐਂਡ ਸੀ ਉਸ 1971 ਦੀ ਮਾਰਚ ਅਪ੍ਰੈਲ ਦੀ ਗੱਲ ਹੈ। ਅੱਛਾ। ਅਤੇ ਉਹਨਾਂ ਦਿਨਾਂ 'ਚ ਮੈਂ ਐਗਜ਼ਾਮ ਦੇ ਕੇ ਹਟੇ ਸੀ ਅਸੀਂ ਸਾਡੀ ਟਰਮ ਐਂਡ ਹੋਈ ਸੀ ਤਾਂ ਮੈਂ ਉੱਥੇ ਨੋਟਿਸ ਬੋਰਡ ਦੇਖਦਾ ਸੀ ਵੀ ਕਿਤੇ ਕੋਈ ਸਕੋਲਰਸ਼ਿਪ ਹੀ ਮਿਲ ਜਾਵੇ ਤਾਂ ਮੈਂ ਦੇਖਿਆ ਤਾਂ ਮੇਰਾ ਜਿਹੜੀ ਸਕੋਲਰਸ਼ਿਪਸ ਦੇ ਵਿੱਚ ਨੌਂ ਸੀ। ਅੱਛਾ। ਤਾਂ ਕਿਉਂਕਿ ਉਹ ਫੀਸ ਦੇ ਦਿੰਦੇ ਹੁੰਦੇ ਸੀ ਤੁਹਾਨੂੰ ਕੁਛ ਪੈਸੇ ਦੇ ਦਿੰਦੇ ਹੁੰਦੇ ਸੀ ਮੇਰੇ ਬ੍ਰਦਰ ਨੇ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਮੈਨੂੰ ਪੜ੍ਹਾਇਆ ਪਹਿਲਾਂ ਵਿਆਹ ਤੋਂ ਬਾਅਦ ਮੈਨੂੰ ਮੇਰੀ ਮਿਸਿਜ਼ ਨੇ ਪੜ੍ਹਾਇਆ ਲੇਕਿਨ ਨਾਲ ਨਾਲ ਕੋਈ ਸਕੋਲਰਸ਼ਿਪ ਮਿਲ ਜਾਵੇ ਕੁਛ ਨਾ ਕੁਛ ਬਰਸਰੀ ਮਿਲ ਜਾਵੇ ਬੜੀ ਚੰਗੀ ਗੱਲ ਹੈ। ਸੋ ਮੈਂ ਉਹ ਦੇਖਦਾ ਦੇਖਦਾ ਮੈਂ ਦੇਖਿਆ ਵੀ ਇੱਕ ਪਾਸੇ ਇੱਕ ਔਰਤ ਬੈਠੀ ਆ ਨੌਜਵਾਨ ਪੰਜਾਬਣ ਦੇਖਣ ਨੂੰ ਤਾਂ ਪੰਜਾਬਣ ਲੱਗਦੀ ਸੀ ਅਤੇ ਮੈਂ ਹੌਲੀ ਹੌਲੀ ਜਿਗਰ ਹੌਸਲਾ ਸ਼ੀ ਵਾਜ਼ ਵੈਰੀ ਪ੍ਰੀਟੀ ਮੈਂ ਹੌਲੀ ਹੌਲੀ ਹੌਸਲਾ ਕੀਤਾ। ਉਹਨਾਂ ਦਿਨਾਂ 'ਚ ਸਾਰੇ ਕੋਲਜ ਦੇ ਵਿੱਚ ਨਾ ਮੇਰਾ ਖਿਆਲ 10 ਹਿੰਦੁਸਤਾਨੀ ਸਟੂਡੈਂਟ ਸੀਗੇ 1500 ਦੀ ਪਾਪੂਲੇਸ਼ਨ 'ਚ ਨਾ 10 ਜਾਂ 12 ਹੋਣਗੇ ਜਿਨ੍ਹਾਂ 'ਚੋਂ 2 ਜਾਂ 3 ਕੁੜੀਆਂ ਸੀ 7-8 ਮੁੰਡੇ ਸੀ ਮੇਰੇ ਵਰਗੇ। ਅੱਛਾ ਜੀ। ਹਿੰਦੁਸਤਾਨੀ ਅਤੇ ਮੈਂ ਦੇਖਿਆ ਤਾਂ ਮੈਂ ਹੌਲੀ ਹੌਲੀ ਹੌਸਲਾ ਕਰਕੇ ਮੈਂ ਕਿਹਾ ਵੀ ਹੈਲੋ ਹੀ ਕਰਦੇ ਹਾਂ ਕਿਉਂਕਿ ਬਹੁਤ ਘੱਟ ਲੋਕ ਸੀ ਉਹਨਾਂ ਜ਼ਮਾਨੇ 'ਚ ਜੇ ਤੁਹਾਨੂੰ ਕੋਈ ਦੂਰੋਂ ਮਿਲਦਾ ਨਾ ਸੜਕ ਦੇ ਦੂਜੇ ਪਾਸੇ ਤੁਸੀਂ ਜਾ ਕੇ ਉਹਨੂੰ ਹੈਲੋ ਕਰਦੇ ਸੀ ਆਪਣੇ ਲੋਕ ਬਹੁਤ ਘੱਟ ਸੀ ਉਹਨਾਂ ਵਿੱਚ। ਅਤੇ ਹੁਣ ਦੇਖੋ ਮੈਂ ਪੇਂਡੂ ਬੰਦਾ ਮੈਂ ਡਰਬੀ ਸ਼ੰਟਿੰਗ ਦਾ ਕੰਮ ਕੀਤਾ ਉਹ ਪੱਬ 'ਚ ਜਦੋਂ ਲੋਕਾਂ ਨਾਲ ਜਾਣਾ ਤਾਂ ਉਹ ਪਹਿਲੀ ਸਵਾਲ ਇਹ ਪੁੱਛਦੇ ਹੁੰਦੇ ਤੇਰਾ ਪਿੰਡ ਕਿਹੜਾ ਤੂੰ ਕਿੰਨੇ ਪਾਊਂਡ ਚੁੱਕਦਾ ਇਹ ਨਹੀਂ ਭਾਰ ਨਹੀਂ ਕਿੰਨੇ ਪਾਊਂਡ ਕਮਾਉਣਾ ਚੁੱਕਦਾ ਕਹਿੰਦੇ ਚੁੱਕਦਾ ਰਾਈਟ। ਸੋ ਮੈਂ ਹੁਣ ਉਸੇ ਹੀ ਆਪਣੀ ਉਸ ਐਜੂਕੇਸ਼ਨ ਦੇ ਆਧਾਰ 'ਤੇ ਕਲਚਰਲ ਵਿੱਦਿਆ ਦੇ ਆਧਾਰ 'ਤੇ ਮੈਂ ਗਿਆ ਮੈਂ ਕਿਹਾ ਵੀ ਪੰਜਾਬੀ ਹੁਣੇ ਮੈਂ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਜੀ ਇੱਦਾਂ ਹੈਲੋ ਕਰਕੇ ਐਂਡ ਦੈਨ ਸ਼ੀ ਸੈਡ ਟੂ ਮੀ ਇਨ ਇੰਗਲਿਸ਼ ਦੈਟਸ ਨਨ ਆਫ ਯੋਰ ਬਿਜ਼ਨਸ। ਅੱਛਾ ਓਏ ਹੋਏ ਅੱਛਾ ਮੈਂ ਪੈਂਦੇ ਲੈਂਦੇ ਮਤਲਬ ਖਤਮ ਹੀ ਕਰ ਦਿੱਤਾ ਜੀ। ਅੱਛਾ ਫਿਰ ਮੁੜਿਆ ਹੈ ਕਿ ਜਾਂ ਹੌਸਲਾ ਦੁਬਾਰਾ ਵੀ ਪਿਆ? ਨਾ ਜੀ ਨਾ ਮੁੜ ਨਹੀਂ ਆਇਆ ਫਿਰ ਮਿਲਦੇ ਰਹੇ ਇੱਕ ਦੂਜੇ ਨੂੰ ਮੈਂ ਫਿਰ ਢੀਠ ਹਾਂ ਥੋੜ੍ਹਾ ਜਿਹਾ। ਅੱਛਾ ਜੀ। ਦੇਖੋ ਨਾ ਮੈਂ ਜ਼ਿੰਦਗੀ 'ਚ ਜੇ ਵਿਆਹ ਕਰਾਉਣਾ ਸੀ ਮੈਨੂੰ ਪਤਾ ਸੀ ਕਿ ਮੈਂ ਪਤਾ ਨਹੀਂ ਜ਼ਿੰਦਗੀ 'ਚ ਕੀ ਹੋਣਾ ਲੇਕਿਨ ਇਹ ਮੈਨੂੰ ਜ਼ਰੂਰ ਪਤਾ ਸੀ ਕਿ ਮੈਂ ਚੁੱਪ ਰਹਿਣ ਵਾਲਾ ਵਿਅਕਤੀ ਨਹੀਂ ਜੀ। ਜੇ ਕਿਤੇ ਲੜਾਈ ਲੜਨੀ ਪਵੇ ਸਿਆਸੀ ਤੌਰ 'ਤੇ ਸਿਧਾਂਤਕ ਤੌਰ 'ਤੇ ਖਿਆਲਾਂ ਦੀ ਲੜਾਈ ਕਿਉਂਕਿ ਉਹਨਾਂ ਦਿਨਾਂ 'ਚ ਵੀ ਮੈਂ ਰੈਬਲ ਰਾਊਜ਼ਰ ਸੀ ਜੀ। ਜਾ ਕੇ ਰੇਡੀਓ ਸਟੇਸ਼ਨਸ 'ਤੇ ਮੁਜ਼ਾਹਰਿਆਂ 'ਚ ਗੁਰਦੁਆਰੇ ਜਾ ਕੇ ਬਰਾਬਰਤਾ ਦੀਆਂ ਗੱਲਾਂ ਕਰਨੀਆਂ ਲੋਕ ਬਿਲਣ ਲੋਕਣ ਲਿਖਣ ਅਤੇ ਬੋਲਣ ਦੀ ਆਜ਼ਾਦੀ ਦੀਆਂ ਗੱਲਾਂ ਕਰਨੀਆਂ ਕਿਉਂਕਿ ਫਿਊਡਲਿਜ਼ਮ ਜਿਹੜਾ ਸੀ ਉੱਥੇ ਅਜੇ ਕਮਿਊਨਿਟੀ ਸੀਗਾ। ਬਿਲਕੁਲ ਸਹੀ। ਜੇ ਤੁਸੀਂ ਡਿਫਰ ਕਰਦੇ ਹੋ ਤੁਹਾਨੂੰ ਉਹ ਬਾਹਰ ਕੱਢ ਦਿੰਦੇ ਸੀ ਗੁਰਦੁਆਰੇ 'ਚੋਂ ਕੁੱਟ ਮਾਰਦੇ ਸੀ ਜੀ। ਸੋ ਉਹ ਗੱਲਾਂ ਜਿਹੜੀਆਂ ਜਾਂ ਫਾਰਮ ਵਰਕਰਸ ਦੇ ਬਾਰੇ ਗੱਲ ਕਰਨੀ ਡੋਮੈਸਟਿਕ ਵਰਕਰਸ ਦੇ ਬਾਰੇ ਗੱਲ ਕਰਨੀ ਮੈਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਜਿਹੜੀ ਆ ਉਹਦੇ 'ਚ ਜੇ ਮੈਨੂੰ ਕੋਈ ਸਾਥੀ ਚਾਹੀਦਾ ਤਕੜਾ ਸਾਥੀ ਚਾਹੀਦਾ ਅਤੇ ਮੈਨੂੰ ਇੱਦਾਂ ਲੱਗਾ ਵੀ ਜਿਹੜੀ ਔਰਤ ਕਿਸੇ ਆਦਮੀ ਨੂੰ ਕਹਿ ਸਕਦੀ ਆ ਨਾਲ ਦੇ ਸਟੂਡੈਂਟ ਨੂੰ ਦੈਟਸ ਨਨ ਆਫ ਯੋਰ ਬਿਜ਼ਨਸ ਤਕੜੀ ਹੋਊ। ਅੱਛਾ। ਸੋ ਫਿਰ ਅਸੀਂ ਮਿਲਦੇ ਰਹੇ ਕਾਲਜ ਇਹਨਾਂ ਨੂੰ ਥੋੜ੍ਹਾ ਜਿਹਾ ਇੱਦਾਂ ਲੋੜ ਹੁੰਦੀ ਸੀ ਕੋਈ ਐਸੇ ਲਿਖਣਾ ਕੋਈ ਲਿਖਣਾ ਮੈਂ ਥੋੜ੍ਹਾ ਜਿਹਾ ਮੇਰਾ ਹੱਥ ਤੰਗ ਨਹੀਂ ਸੀ ਇਹਨਾਂ ਗੱਲਾਂ ਬਾਰੇ ਤਾਂ ਫਿਰ ਮੈਂ ਹੈਲਪ ਕਰ ਦਿੰਦਾ ਸੀ ਇੱਕ ਦੂਜੇ ਦੀ ਦੈਨ ਵੀ ਕੇਮ ਕਲੋਸਰ ਟੂ ਈਚ ਅਦਰ ਐਂਡ ਦੈਨ ਹਾਂ ਦੈਟਸ ਹਾਓ ਵੀ ਮੈਰਿਡ ਜੀ। ਮਤਲਬ ਤੁਸੀਂ ਵਿੱਚ ਜਿਹੜਾ ਸ਼ਬਦ ਮੈਂ ਸੁਣਨਾ ਚਾਹੁੰਦਾ ਸੀ ਉਹ ਨਹੀਂ ਬੋਲਿਆ ਕੀ ਉਹੀ ਅੱਜ ਕੱਲ੍ਹ ਦੋ ਹੀ ਤਰ੍ਹਾਂ ਦੀ ਮੈਰਿਜ ਆਉਂਦੀ ਹੈ ਨਾ ਜੀ ਵੀ ਇੱਕ ਘਰਦਿਆਂ ਦੀ ਕੀਤੀ ਹੋਈ ਅਤੇ ਇੱਕ ਆਪਣੇ ਆਪ ਕੀਤੀ ਹੋਈ ਇਹ ਆਪਣੇ ਆਪ ਹੀ ਕੀਤੀ ਹੋਈ ਜੀ। ਅੱਛਾ ਚਲੋ ਇਹਨੂੰ ਆਪਾਂ ਲਵ ਮੈਰਿਜ ਨਹੀਂ ਕਹਿ ਸਕਦੇ। ਮੈਂ ਤਾਂ ਦੱਸਦਾ ਤੁਹਾਨੂੰ ਮੈਂ ਸ਼ਬਦ ਮੈਂ ਕਿਹਾ ਮੈਂ ਨਾ ਬੋਲਣਾ ਤੁਸੀਂ ਬੋਲਦੇ ਜ਼ਿਆਦਾ ਵਧੀਆ ਲੱਗਦਾ। ਮੈਂ ਇਸ ਕਰਕੇ ਨਹੀਂ ਬੋਲਦਾ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੈਨੇਡਾ ਦੇ ਵਿੱਚ ਜੀ 1970-72 ਸਾਡਾ ਵਿਆਹ 72 'ਚ ਹੋਇਆ
ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਸਾਨੂੰ ਲੋਕ ਦੇਖਦੇ ਸੀ ਨਾ ਇਕੱਠਿਆਂ ਨੂੰ ਵਿਆਹ ਤੋਂ ਪਹਿਲਾਂ ਜੀ ਜੀ, ਅਜੇ ਕੋਈ ਵਿਆਹ ਸਾਡਾ ਕਰਾਉਣ ਦਾ ਇਰਾਦਾ ਵੀ ਨਹੀਂ ਸੀ ਤਾਂ ਉਹ ਸਾਡੇ ਮੇਰੇ ਮਾਸੀ ਨੂੰ ਕਹਿਣਾ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ, ਤੁਸੀਂ ਦੱਸਿਆ ਹੀ ਨਹੀਂ, ਕੋਈ ਕੋਨਸੈਪਟ ਨਹੀਂ ਸੀ ਵੀ ਮੁੰਡਾ ਕੁੜੀ ਇੰਡੀਅਨ ਜਿਹੜੇ ਉਹ ਇੱਕ ਦੂਜੇ ਨਾਲ ਕਿਤੇ ਮੀਟਿੰਗ 'ਤੇ ਜਾ ਸਕਦੇ ਆ, ਬਾਹਰ ਜਾ ਸਕਦੇ ਆ। ਅਤੇ ਫਿਰ ਜਦੋਂ ਸਾਡਾ ਵਿਆਹ ਹੋਇਆ ਤਾਂ ਬਹੁਤ ਸਾਲ ਲੋਕ ਇਹੀ ਕਹਿੰਦੇ ਰਹੇ ਇਹਨਾਂ ਨੇ ਲਵ ਮੈਰਿਜ ਕਰਵਾਇਆ, ਮੈਂ ਕਹਾਂ ਕੈਨੇਡਾ ਆ ਕੇ ਵੀ ਲਵ ਮੈਰਿਜ ਨੇ ਖੜਾ ਨਹੀਂ ਛੱਡਿਆ। ਇਹ ਮੈਂ ਨਾ ਪਤਾ ਕਿਉਂ ਇੱਥੇ ਆਉਣਾ ਚਾਹੁੰਦਾ ਸੀ, ਇਹ ਇੱਕ ਐਸੀ ਚੀਜ਼ ਹੈ ਦੇਖੋ ਜਿਹੜੀ ਅੱਜ ਵੀ ਇਸ ਜਿਸ ਮੁਲਕ ਦੇ ਵਿੱਚ ਆਪਾਂ ਬੈਠੇ ਹਾਂ, ਪੰਜਾਬ 'ਚ ਰਹਿੰਦੇ, ਉੱਥੇ ਬਹੁਤ ਵੱਡਾ ਹੋਊਗਾ। ਐਂਡ ਤੁਸੀਂ ਜੇ ਜਿਸ ਟਾਈਮ ਦੀ ਗੱਲ ਕਰ ਰਹੇ ਹੋ ਉਹਦੇ 'ਚ ਵਾਕਿਆ ਫਿਰ ਤੁਸੀਂ ਇਸ ਮਾਮਲੇ 'ਚ ਪੁਰਖੇ ਹੋ ਗਏ। ਅੱਛਾ, ਤੁਸੀਂ ਇੱਕ ਸ਼ਬਦ ਵਰਤਿਆ ਸੀ ਕਿ ਵੀ ਮੈਂ ਉਦੋਂ ਵੀ ਬਰਾਬਰਤਾ ਦੀ ਗੱਲ ਕਰਦਾ ਸੀ, ਮੈਂ ਉਦੋਂ ਵੀ ਹੱਕਾਂ ਦੀ ਗੱਲ ਕਰਦਾ ਸੀ। ਇਹ ਸਾਰਾ ਕੁਝ ਜਿੰਨਾ ਕੁ ਮੈਨੂੰ ਜਾਣਕਾਰੀ ਹੈ ਕਿ ਤੁਹਾਡੇ ਜੀਨਸ ਦੇ ਵਿੱਚ ਸੀਗਾ, ਅਤੇ ਮੈਂ ਚਾਹੁੰਦਾ ਸੀ ਕਿ ਵੀ ਆਪਾਂ ਉਹ ਜ਼ਿਕਰ ਜ਼ਰੂਰ ਕਰੀਏ ਜਿੱਦਾਂ ਆਜ਼ਾਦੀ ਲਹਿਰ ਵੇਲੇ ਦਾ, ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਜਦੋਂ ਮਹੰਤਾਂ ਨੂੰ ਕੱਢਿਆ ਗਿਆ, ਉਦੋਂ ਸ਼ਾਇਦ ਤੁਹਾਡੇ ਨਾਨਾ ਜੀ ਸੀਗੇ ਜਿਹੜੇ ਕਿ ਉਸ ਮੂਮੈਂਟ ਸੀਗੇ, ਉਹ ਐਪੀਸੋਡ ਜ਼ਰੂਰ ਆਪਾਂ ਸਾਂਝਾ ਕਰੀਏ। ਉਹ ਦੇਖੋ ਨਾ, ਮੈਂ ਤੁਹਾਨੂੰ ਥੋੜ੍ਹਾ ਕੰਟੈਕਸਟ ਦਿੰਦਾ ਜੀ। ਮੇਰੇ ਨਾਨਾ ਜੀ ਦੇ ਵੱਡੇ ਬ੍ਰਦਰ ਵੈਨਕੂਵਰ ਆਈਲੈਂਡ 'ਤੇ ਡੰਕਨ ਮਿਲ 'ਚ ਕੰਮ ਕਰਦੇ ਹੁੰਦੇ ਸੀ 1913-14 'ਚ, ਅਤੇ ਮੇਰੇ ਨਾਨਾ ਜੀ ਸ਼ੰਘਾਈ ਗਏ ਹੋ ਸੀ ਜੀ, ਅਤੇ ਮੇਰੇ ਨਾਨਾ ਜੀ ਦੇ ਸਕੇ ਚਾਚਾ ਜੀ ਵੈਨਕੂਵਰ ਸੀ। ਮੇਰੇ ਨਾਨਾ ਜੀ ਨੂੰ ਇਹਨਾਂ ਦੇ ਬ੍ਰਦਰ ਨੇ ਸੱਦਿਆ ਵੀ ਤੂੰ ਕੈਨੇਡਾ ਆ ਜਾ ਜੀ। ਉਹ ਕਹਿੰਦੇ ਵੀ ਮੈਂ ਮਾਂ ਵੀ ਜਿਹੜੀ ਮੇਰੀ ਪੜਨਾਨੀ ਹੋਊਗੀ ਵੀ ਮੈਂ ਉਹਨੂੰ ਮਿਲ ਕੇ ਆਉਣਾ ਪਿੰਡ, ਫਿਰ ਮੈਂ ਕੈਨੇਡਾ ਆਉਣਾ। ਅੱਛਾ ਜੀ। ਉਹਨੂੰ ਮਿਲਣ ਗਏ ਮੇਰੇ ਨਾਨਾ ਜੀ, ਨਨਕਾਣਾ ਸਾਹਿਬ ਸਾਕਾ 'ਚ ਐਕਟਿਵ ਹੋਇਆ। ਅੱਛਾ ਜੀ। ਮੁੜ ਕੇ ਕੈਨੇਡਾ 1975 'ਚ ਆਇਆ। ਅੱਛਾ ਜੀ। ਨਨਕਾਣਾ ਸਾਹਿਬ ਸਾਕਾ ਤੋਂ ਬਬਰ ਅਕਾਲੀ ਲਹਿਰ, ਗੁਰਦੁਆਰਾ ਸਰਦਾਰ ਲਹਿਰ, ਕਿਰਤੀ ਕਿਸਾਨ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਬਬਰ ਅਕਾਲੀ ਲਹਿਰ, ਸਾਰਾ ਉਹ ਸਭ ਪ੍ਰਸੰਗਾਂ ਦੇ ਵਿੱਚੋਂ ਦੀ ਲੰਘੇ ਆ। ਢੱਡ ਦੇ ਨਾਲ, ਢੱਡ ਸਾਨਗੀ ਨਾਲ ਗਾਇਆ ਵੀ ਆ ਸਟੇਜਾਂ ਤੋਂ ਆਜ਼ਾਦੀ ਦੇ ਗਾਣੇ, ਆਜ਼ਾਦੀ ਦੇ ਗੀਤ। ਅੱਛਾ ਜੀ। ਅਤੇ ਉਹਨਾਂ ਨੇ 8 ਸਾਲ ਅੰਗਰੇਜ਼ਾਂ ਦੀ ਕੈਦ ਕੱਟੀ ਸੀ ਐਟ ਵੇਰੀਅਸ ਟਾਈਮਸ, ਬਟ ਜੂ ਬੰਦ, ਨਜ਼ਰ ਬੰਦ ਰਹਿਣਾ ਪਿੰਡ ਦੇ ਵਿੱਚ, ਉਹ ਅਲੱਗ ਸੀ ਉਹ ਤੋਂ ਔਨ ਟੋਪ ਆਫ ਦੈਟ। ਉਹਨਾਂ ਦੇ ਚਾਚਾ ਜੀ ਜਿਹੜੇ ਸੀ ਮੇਰੇ ਪੜਨਾਨਾ ਹੀ ਹੋਏ ਨਾ ਜੀ ਜੀ, ਉਹ ਕੈਨੇਡਾ ਤੋਂ ਆ ਗਏ ਸੀ 1914 'ਚ। ਅੱਛਾ ਜੀ। ਜਦੋਂ ਲੜਾਈ ਲੱਗੀ ਹੈ ਫਸਟ ਵਰਲਡ ਵਾਰ, ਉਦੋਂ ਗਦਰ ਪਾਰਟੀ ਨੇ ਐਲਾਨ ਕੀਤਾ ਸੀ ਵੀ ਜਾਓ, ਅਤੇ ਉਹ 26 ਬੰਦਿਆਂ ਦਾ ਜਥਾ ਲੈ ਕੇ ਆ ਗਏ ਸੀ। ਅਤੇ ਉਸ ਜਥੇ ਦੀਆਂ ਜਿਹੜੀਆਂ ਟੈਲੀਗ੍ਰਾਮਸ ਆ ਉਦੋਂ ਦੇ ਇਨਫੋਰਮੈਂਟਸ ਦੀਆਂ ਵੀ ਇਹ ਬੰਦਾ ਆ ਰਿਹਾ ਜਥਾ ਲੈ ਕੇ, ਉਹ ਅਜੇ ਵੀ ਹਿਸਟਰੀ ਦਾ ਹਿੱਸਾ ਆ ਕੈਨੇਡਾ ਤੋਂ। ਅਤੇ ਉਹਨਾਂ ਨੂੰ ਫਿਰ ਮਾਰਚ 1916 'ਚ ਲਾਹੌਰ ਕੌਂਸਪਰੇਸੀ ਕੇਸ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਸੋ ਇਸ ਕੌਂਟੈਕਸ ਦੇ ਵਿੱਚੋਂ ਮੈਂ ਆਪਣੇ ਨਾਨਾ ਜੀ ਕੋਲ 4 ਸਾਲ ਰਹਿ ਕੇ ਪੜ੍ਹਿਆ। ਪਹਿਲੀ ਤੋਂ ਚੌਥੀ ਜਮਾਤ ਮੈਂ ਉੱਥੇ ਉਹਨਾਂ ਦੇ ਪਿੰਡ ਪੜ੍ਹਿਆ। ਉਹਨਾਂ ਨੇ ਸਕੂਲ ਚਲਾਇਆ ਸੀ, ਪੜ੍ਹਾਈਆਂ ਦਾ ਮਕਾਨ ਸੀ ਖਾਲੀ, ਉੱਥੇ ਸਕੂਲ ਸ਼ੁਰੂ ਕਰਤਾ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਿਨਾਂ, ਫਿਰ ਤਾਂ ਉਹ ਗਵਰਨਮੈਂਟ ਨੇ ਲੈ ਲਿਆ ਸੀ। ਉਹਦੇ ਵਿੱਚ ਪਹਿਲੀ ਜਮਾਤ 'ਚ ਮੈਂ ਸੀ, ਮੇਰਾ 7 ਰੋਲ ਨੰਬਰ ਸੀ। ਅੱਛਾ ਜੀ, ਕੀ ਬਾਤ ਹੈ। ਅੱਛਾ, ਇਹਦਾ ਮਤਲਬ ਇਹ ਹੋ ਗਿਆ ਕਿ ਜੀਨਸ ਵੀ ਕਿਤੇ ਨਾ ਕਿਤੇ ਮਾਰਕ ਕਰਦੇ ਸੀ, ਜਿੱਦਾਂ ਤੁਸੀਂ ਖੁਦ ਦੱਸਿਆ ਕਿ ਵੀ ਮੈਨੂੰ ਇਹ ਪਤਾ ਸੀ ਵੀ ਕਿਤੇ ਨਾ ਕਿਤੇ ਤਾਂ ਪਹੁੰਚਣਾ। ਪਹੁੰਚਣ ਦਾ ਮਤਲਬ ਅਚੀਵ ਕਰਨਾ। ਮੇਰਾ ਸਵਾਲ ਇਹ ਹੈ ਕਿ ਵੀ ਫਿਰ ਇਹ ਸਾਰਾ ਕੁਛ ਕਰਦੇ ਹਾਂ, ਜਦੋਂ ਇੰਨੀ ਸਟਰਗਲ ਬੰਦਾ ਕਰ ਚੁੱਕਾ ਹੋਵੇ, ਫਿਰ ਕਿਤੇ ਨਾ ਕਿਤੇ ਜਾ ਕੇ ਨਾ ਇੱਕ ਥਕਾਵਟ ਹੁੰਦੀ ਹੈ ਬੰਦੇ ਨੂੰ, ਲੱਗਦਾ ਵੀ ਯਾਰ ਹੁਣ ਇੰਨਾ ਕੁਛ ਕਰ ਲਿਆ, ਹੁਣ ਆਪਾਂ ਸੈਟਲ ਡਾਊਨ ਹੋਣ ਵਾਲੇ ਪਾਸੇ ਜਾਂਦੇ ਹਾਂ, ਪਰ ਫਿਰ ਪੋਲੀਟਿਕਸ ਦਾ ਰਾਹ ਕਿਵੇਂ ਫੜ ਲਿਆ? ਦੇਖੋ ਨਾ, ਮੈਂ ਪਹਿਲੀ ਗੱਲ ਤਾਂ ਮੈਂ ਜਦੋਂ ਮੈਂ ਇੰਗਲੈਂਡ, ਜਦੋਂ ਕੈਨੇਡਾ ਗਿਆ, ਇੰਗਲੈਂਡ 'ਚ ਵੀ ਮੈਂ ਐਕਟਿਵ ਸੀਗਾ, ਨੌਜਵਾਨ ਲੋਕਾਂ ਦੇ ਨਾਲ ਆਪਣੀ ਉਮਰ ਦੇ ਅਸੀਂ ਸੰਸਥਾ ਬਣਾਈ ਇੰਟੀਗ੍ਰੇਸ਼ਨ ਦੇ ਮਾਮਲਿਆਂ ਲਈ। ਜਦੋਂ ਮੈਂ ਕੈਨੇਡਾ ਚਲੇ ਗਿਆ, ਆਈ ਫੈਲ ਇਨ ਟੂ ਦ ਮਾਓਇਸਟ, ਉੱਥੇ ਮਾਓਇਸਟ ਦਾ ਗਰੁੱਪ ਸੀਗਾ, ਉਦੋਂ ਨਕਸਲਵਾੜੀ ਦੀ ਮੂਵਮੈਂਟ ਸ਼ੁਰੂ ਸੀਗੀ ਜੀ। ਅਤੇ ਉਹਨਾਂ ਤੋਂ ਫਿਰ ਮੈਂ ਸਾਲ ਕੁ ਦੇ ਵਿੱਚ ਉਹ ਚਾਰਟ ਹੋ ਗਿਆ, ਉਹ ਵਾਇਲੈਂਟ ਲੋਕ ਸੀ, ਮੈਂ ਨੋਨ ਵਾਇਲੈਂਟ ਬੰਦਾ, ਮੈਂ ਸਮਝਿਆ ਵੀ ਇਹ ਗੱਲ ਗਲਤ ਆ, ਜਿਹੜੀ ਇਹ ਤਬਦੀਲੀ ਹੈ ਇਹ ਕੋਈ ਤਬਦੀਲੀ ਨਹੀਂ, ਤਬਦੀਲੀ ਤਾਂ ਅਮਨ ਦੇ ਨਾਲ ਆਊ ਤਾਂ ਚੰਗੀ ਤਰ੍ਹਾਂ ਆਊ ਪਰਮਾਨੈਂਟਲੀ। ਸੋ ਉਹਦੇ ਨਾਲ ਹੁੰਦਾ ਫਿਰ ਦੈਨ ਫਿਰ ਮੈਂ ਹੌਲੀ ਹੌਲੀ ਜਦੋਂ ਬੀ ਏ ਕਰ ਲਈ, ਵਿਆਹ ਤੋਂ ਬਾਅਦ ਪੂਰੀ ਕੀਤੀ ਬੀ ਏ ਮੈਂ, ਫਿਰ ਮੈਂ ਲਾਅ ਨਾਲ ਨਾਲ ਅਸੀਂ ਡੋਮੈਸਟਿਕ ਵਰਕਰਸ, ਜੈਨੀਟੋਰੀਅਲ ਵਰਕਰਸ, ਨੈਨੀਜ਼ ਜਿਹੜੀਆਂ ਉਹਨਾਂ ਦੇ ਹੱਕਾਂ ਲਈ, ਇੱਕ ਜੈਨੀਟੋਰੀਅਲ ਵਰਕਰਸ ਜਿਨ੍ਹਾਂ ਨੂੰ ਕੰਟਰੈਕਟ ਵਰਕਰਸ ਹੁੰਦੇ ਸੀ, ਉਹਨਾਂ ਦੇ ਬਹੁਤੇ ਹੱਕ ਨਹੀਂ ਸੀ ਹੁੰਦੇ। ਅਸੀਂ ਇਹਨਾਂ 3-4 ਕੈਟਾਗਰੀਜ਼ ਦੇ ਜਿਹੜੇ ਮਜ਼ਦੂਰ ਸੀ, ਬਹੁਤੇ ਉਹ ਮਿਨੋਰਟੀਜ਼ ਦੇ ਹੁੰਦੇ ਸੀ ਜੀ,
ਉਹਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ, ਸੰਸਥਾ ਬਣਾਈ। ਜਦੋਂ ਮੈਂ ਮੇਰੇ ਵਾਈਫ ਦੇ ਚਾਚਾ ਜੀ ਸੀਗੇ ਉੱਥੇ, ਉਹ ਮੈਨੂੰ ਜਾਣਦੇ ਸੀ ਮਾਓਇਸਟ ਦੇ ਤੌਰ 'ਤੇ। ਅੱਛਾ, ਉਹ ਕਹਿੰਦੇ ਸੀ ਤੂੰ ਵਿਆਹ ਨਾ ਇਹਦੇ ਨਾਲ ਕਰਾਈ, ਇਹਨੇ ਤੈਨੂੰ ਇੰਡੀਆ ਦੇ ਜੰਗਲਾਂ 'ਚ ਲੈ ਜਾਣਾ। ਅੱਛਾ, ਵੈਸੇ ਮੇਰਾ ਕੋਈ ਇਰਾਦਾ ਨਹੀਂ ਸੀ, ਮੇਰਾ ਇਹ ਇਰਾਦਾ ਜ਼ਰੂਰ ਸੀ ਵੀ ਹਿੰਦੁਸਤਾਨ ਦੀ ਬਿਹਤਰੀ 'ਚ ਹਿੱਸਾ ਪਾਉਣ ਨੂੰ ਜੀ ਕਰਦਾ, ਕਿਹੜੇ ਤਰੀਕੇ ਨਾਲ ਪਵੇ ਨੋ ਵਨ ਨੋਸ। ਬਿਲਕੁਲ ਸਹੀ, ਤੁਹਾਡੇ ਡ੍ਰੀਮਸ ਤਾਂ ਹੁੰਦੇ ਆ ਨਾ, ਅਤੇ ਉਹਦੇ ਲਈ ਮੈਨੂੰ ਇੱਕ ਤਕੜੀ ਔਰਤ, ਤਕੜੇ ਸਾਥੀ ਦੀ ਲੋੜ ਸੀ। ਸੋ ਇਸ ਕਰਕੇ ਜਿਹੜਾ ਸਾਡਾ ਵਿਆਹ ਹੋਇਆ ਉਹ ਇਸ ਕਰਕੇ ਵੀ ਮੈਂ ਉਹਨੂੰ ਸਿਗਨੀਫਿਕੈਂਟ ਸਮਝਦਾ ਇਸ ਚੀਜ਼ ਨੂੰ। ਅਤੇ ਥੱਕਿਆ ਮੈਂ ਕਦੇ ਨਹੀਂ ਜੀ, ਥੱਕਿਆ, ਲੇਕਿਨ 2011 'ਚ ਜਦੋਂ ਮੈਂ ਲਾਸਟ ਇਲੈਕਸ਼ਨ ਲੜੀ ਹੈ ਉਦੋਂ ਮੈਂ ਫੈਸਲਾ ਕਰ ਲਿਆ ਸੀ ਇਹ ਤੋਂ ਬਾਅਦ ਵੀ ਇਲੈਕਸ਼ਨ ਨਹੀਂ ਲੜਨੀ ਜੀ। ਉਹ ਤੋਂ ਮੈਂ ਇਲੈਕਸ਼ਨ 'ਚ ਵੀ ਰਨ ਤਾਂ ਦੇ ਕੀਤਾ ਸੀ, ਪਾਰਟੀ ਵਾਲੇ ਕਹਿੰਦੇ ਵੀ ਤੂੰ ਪਹਿਲਾਂ ਨਾ ਛੱਡੀ, ਹਾਰ ਗਿਆ ਤਾਂ ਨਾ ਨਹੀਂ ਮੈਂ, ਠੀਕ ਹੈ। ਸੋ ਥੱਕਿਆ ਤਾਂ ਵੈਸੇ ਮੈਂ ਅਜੇ ਵੀ ਨਹੀਂ ਜੀ। ਨਹੀਂ, ਮੈਂ ਮੇਰਾ ਸਵਾਲ ਇਹ ਸੀ ਕਿ ਵੀ ਇਹ ਸਾਰਾ ਕੁਛ ਕਰਦੇ ਹਾਂ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ, ਜੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਜੀ ਕਿ ਜਿਹੜੇ ਤਾਂ ਬੰਦੇ ਬਾਹਰ ਰਹਿੰਦੇ ਉਹਨੂੰ ਤਾਂ ਸ਼ਾਇਦ ਪ੍ਰੀਮੀਅਰ ਸ਼ਬਦ ਦਾ ਮਤਲਬ ਪਤਾ, ਪਰ ਮੈਂ ਦੇਸੀ ਤਰੀਕੇ ਨਾਲ ਦੱਸਦੇ ਹਾਂ ਕਿ ਵੀ ਜੇ ਆਪਾਂ ਭਾਰਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਨੇਡਾ ਦੀ ਇੱਕ ਸਟੇਟ ਦੇ ਮੁੱਖ ਮੰਤਰੀ ਉਜਲ ਦਸਾਂਝ ਸਾਹਿਬ ਇਸ ਵਕਤ ਆਪਣੇ ਨਾਲ ਸਟੂਡੀਓ 'ਚ ਨੇ। ਇਹ ਜਿਹੜਾ ਸਫ਼ਰ ਪ੍ਰੀਮੀਅਰ ਤੱਕ ਦਾ, ਮੈਂ ਉਹਦੇ ਤੋਂ ਪਹਿਲਾਂ ਵਾਲਾ ਐਪੀਸੋਡ ਥੋੜ੍ਹਾ ਜਾਣਨਾ ਚਾਹੁੰਦਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਰਾਜਨੀਤੀ ਦੀ, ਪੋਲੀਟਿਕਸ ਦੀ, ਬਹੁਤ ਸਾਰੇ ਲੋਕ ਅਵੇਅਰ ਨੇ, ਰਸਤਾ ਨਜ਼ਰ ਆ ਗਿਆ, ਪਰ ਜਿਨ੍ਹਾਂ ਸਮਿਆਂ ਦੀ ਤੁਸੀਂ ਗੱਲ ਕਰਦੇ ਹੋ ਉਦੋਂ ਉਹਨਾਂ ਦੇਸ਼ਾਂ ਦੇ ਵਿੱਚ ਪ੍ਰਭਾਵ ਉਹ ਸੀਗਾ ਜਿਹੜਾ 47 ਤੋਂ ਬਾਅਦ ਵਾਲਾ, ਇਮੀਡੀਏਟਲੀ ਬਾਅਦ ਵਾਲਾ ਆਪਣੇ ਇੰਡੀਆ ਦੇ ਸਾਹਮਣੇ। ਤੁਸੀਂ ਇੱਥੋਂ ਗਏ ਸੀ ਜੀ, ਉਹਨਾਂ ਕੁਆਲਿਟੇਟਿਵ ਡਿਫਰੈਂਸ ਵੀ ਸੀ ਪੋਲੀਟੀਸ਼ੀਅਨਸ ਦੇ ਵਿੱਚ ਉਦੋਂ ਦੇ ਤਾਂ ਹੁਣ ਦੇ ਜੀ। ਦੇਖੋ ਨਾ, ਮੈਂ ਆਜ਼ਾਦੀ ਦੇ ਘੁਲਾਟੀਆ ਪਰਿਵਾਰ 'ਚੋਂ ਗਿਆ ਸੀ ਜੀ, ਮੈਂ ਆਪ ਇੱਕ ਐਕਟਿਵਿਸਟ ਸੀ, ਮੇਰਾ ਜੀ ਕਰਦਾ ਸੀ ਦੁਨੀਆ ਨੂੰ ਤਬਦੀਲ ਕਰਨ ਦਾ, ਜਿੰਨਾ ਵੀ ਤੁਸੀਂ ਕਰ ਸਕਦੇ ਹਾਂ। ਬਿਲਕੁਲ ਸਹੀ। ਅਤੇ ਮੈਂ ਪੋਲੀਟਿਕਸ 'ਚ ਰਨ ਵੀ ਪਹਿਲੀ ਦਫ਼ਾ ਆਪਣੇ ਆਪ ਨਹੀਂ ਕੀਤਾ ਜੀ, ਚਲੋ ਹੁਣ MLA ਬਣ ਲੈਂਦੇ ਹਾਂ ਜੀ। ਉਸ ਇਲਾਕੇ ਦੇ ਜਿਹੜੇ ਲੋਕ ਸੀਗੇ, ਮੈਂ NDP ਦਾ ਮੈਂਬਰ ਸੀ, ਉਸ ਇਲਾਕੇ ਦੇ ਜਿਹੜੇ ਲੋਕ ਸੀ ਉਹਨੇ ਦੇਖਿਆ ਵੀ ਇਹ ਬੰਦਾ ਐਕਟਿਵਿਸਟ ਹੈ, ਇਹ ਬੰਦਾ ਰੇਡੀਓ 'ਤੇ ਵੀ ਬੋਲਦਾ ਜਾ ਕੇ, ਮੁਜ਼ਾਹਰਿਆਂ 'ਚ ਵੀ ਜਾਂਦਾ, ਬੋਲਚਾਲ ਵੀ ਲੈਂਦਾ। ਅਤੇ ਉਹ ਮੈਨੂੰ ਉਹਨਾਂ ਨੇ ਆਪ ਆ ਕੇ ਪਹਿਲੀ ਦਫ਼ਾ 1979 'ਚ, ਦੋ ਬਜ਼ੁਰਗਾਂ ਨੇ ਜਿਹੜੇ ਪੁਰਾਣੇ ਉੱਥੋਂ ਦੇ ਚਿੱਟੇ ਬਜ਼ੁਰਗ ਪਾਰਟੀ ਦੇ ਨਾਲ ਸੀ, ਉਹਨਾਂ ਨੇ ਮੈਨੂੰ ਆ ਕੇ ਮੇਰੇ ਲੋਅ ਆਫਿਸ 'ਚ, ਬਾਈ ਦਾ ਨਾਟ ਬਿਕਮ ਏ ਲੋਇਰ, ਉਹਨੇ ਕਿਹਾ ਵੀ ਤੂੰ ਸਾਡੇ ਲਈ ਰਨ ਕਰ। ਅੱਛਾ ਜੀ। ਅਤੇ ਉਦੋਂ ਮੈਂ ਪਹਿਲੀ ਦਫ਼ਾ ਰਨ ਕੀਤਾ, ਹਾਰ ਗਏ, 83 'ਚ ਰਨ ਕੀਤਾ, ਹਾਰ ਗਏ। 88 'ਚ ਮੈਂ ਨਹੀਂ ਰਨ ਕੀਤਾ, ਕਿਉਂਕਿ ਮੈਂ 84 'ਚ ਲੜਾਈ ਸਹੇੜ ਲਈ ਸੀ ਖਾਲਿਸਤਾਨੀਆਂ ਨਾਲ ਜੀ। ਅਤੇ 91 'ਚ ਫਿਰ ਸਰਕਮਸਟਾਂਸਿਸ ਇਹੋ ਜਿਹੇ ਬਣੇ, ਮੈਂ ਨਾ ਚਾਹੁੰਦਾ ਹੋਇਆ ਵੀ ਮੈਨੂੰ ਰਨ ਕਰਨਾ ਪਿਆ ਜੀ, ਅਤੇ ਉਦੋਂ ਮੈਂ ਜਿੱਤਿਆ ਪਹਿਲੀ ਦਫ਼ਾ। ਸੋ ਲੇਕਿਨ ਉਹ ਜਿਹੜਾ ਉਹ ਪਨੀਰੀ ਜਿਹੜੀ ਸੀਗੀ ਨਾ, ਉਸ ਵੇਲੇ ਦੇ ਪੋਲੀਟੀਸ਼ੀਅਨ ਸੀ, ਮੋਸ ਹੋਤਾ ਸੀ ਉੱਥੋਂ ਦਾ, ਉਹ ਸਟੂਡੈਂਟ ਐਕਟਿਵਿਸਟ ਸੀਗਾ ਜੀ। ਸੋ ਅਸੀਂ ਦੋ ਹੀ ਖਾਸ ਕਰਕੇ, ਇੱਕ ਹੋਰ ਸੀ MLA, ਪਰ ਅਸੀਂ ਦੋ ਹੀ ਖਾਸ ਕਰਕੇ ਐਕਟਿਵਿਸਟ ਬੈਕਗਰਾਊਂਡ ਦੇ ਸੀ, ਉਹਦੀ ਡਿਫਰੈਂਟ ਬੈਕਗਰਾਊਂਡ ਸੀ, ਮੇਰੀ ਡਿਫਰੈਂਟ ਸੀ, ਲੇਕਿਨ ਵੀ ਬੋਥ ਐਕਟਿਵਿਸਟ। ਅਤੇ ਅੱਜ ਦੇ ਜਿਹੜੇ ਪੋਲੀਟੀਸ਼ੀਅਨ ਬਹੁਤੇ ਆ, ਉਹ ਤੁਹਾਨੂੰ ਐਕਟਿਵਿਸਟ ਪੋਲੀਟੀਸ਼ੀਅਨਸ ਨਹੀਂ ਦਿਸਦੇ ਆ, ਉਹ ਤੁਹਾਨੂੰ ਦੀਦੇ ਆ ਵੀ ਇੱਕ ਦਿਨ ਆਹ ਕੰਮ ਕਰਦੇ ਸੀ, ਦੂਜੇ ਦਿਨ MLA ਲਈ ਖੜ੍ਹ ਗਏ ਜਾਂ MP ਲਈ ਖੜ੍ਹ ਗਏ। ਦੇਰ ਇਜ਼ ਨੋ ਕੋਨਸਟੈਂਟ ਸਟਰੀਕ ਆਫ ਐਕਟਿਵਿਜ਼ਮ ਦੈਟ ਹੈਜ਼ ਟੇਕਨ ਦਮ ਦੇਅਰ। ਸੋ ਇਹਦਾ ਨੁਕਤਾਚੀ ਨਹੀਂ ਮੈਂ ਕਰਦਾ ਹੈ, ਪਰ ਉਹ ਦੌਰ ਅਲੱਗ ਸੀ। ਬਿਲਕੁਲ ਸਹੀ। ਉਹ ਜਿਹੜਾ ਦੌਰ ਸੀ ਨਾ, ਇਟ ਵਾਜ਼ ਅ ਡਿਫਰੈਂਟ, ਸਾਡੇ 'ਤੇ ਆਜ਼ਾਦੀ ਦਾ ਪ੍ਰਭਾਵ ਸੀ, ਆਜ਼ਾਦੀ ਦੇ ਘੁਲਾਟਿਆਂ ਦੇ ਪਰਿਵਾਰਾਂ 'ਚੋਂ ਗਏ ਸੀ, ਜੇ ਆਪ ਸਿੱਧਾ ਨਹੀਂ ਵੀ ਸੰਬੰਧ ਸੀ ਤਾਂ ਕਹਾਣੀਆਂ ਸੁਣੀਆਂ ਅਸੀਂ ਉਹਨਾਂ ਲੋਕਾਂ ਦੀਆਂ। ਦੇਖੋ ਨਾ, ਮੈਂ ਛੋਟਾ ਹੁੰਦਾ, ਮੈਂ ਡਾਕਟਰ ਭਾਗ ਸਿੰਘ ਕੈਨੇਡੀਅਨ ਜਿਹੜੇ ਹੁੰਦੇ ਸੀ ਜੀ, ਅਤੇ ਦਰਸ਼ਨ ਕੈਨੇ ਡਾਕਟਰ ਭਾਗ ਸਿੰਘ ਅਤੇ ਦਰਸ਼ਨ ਕੈਨੇਡੀਅਨ, ਦੋ ਹੀ ਲੈਫਟਿਸਟ ਪੋਲੀਟੀਸ਼ੀਅਨ ਸੀ। ਡਾਕਟਰ ਕਿਚਲੂ ਜਿਹੜੇ ਆਜ਼ਾਦੀ ਦੇ ਘੁਲਾਟੀਏ ਸੀ, ਆਪਣੀ ਜਲਿਆਂਵਾਲਾ ਬਾਗ ਦੀ ਫੇਮ ਦੇ, ਮੈਂ ਇਹਨਾਂ ਸਾਰਿਆਂ ਦੀਆਂ ਗੋਦੀਆਂ 'ਚ ਬੈਠ ਕੇ ਦੇਖਿਆ ਛੋਟੇ ਹੁੰਦੇ ਨੇ, ਆਪਣੇ ਨਾਨਾ ਜੀ ਦੇ ਰਾਜ ਦੇ ਵਿੱਚ ਉਹਨਾਂ ਦੇ ਜੀਂਦਿਆਂ ਜੀ। ਸੋ ਉਹ ਜਿਹੜੀ ਪਾਣ ਸੀ ਤੁਹਾਡੇ 'ਤੇ, ਉਹ ਜੇ ਤਾਂ ਤੁਸੀਂ ਉਹਨੂੰ ਇਗਨੋਰ ਕਰਦੇ ਹੋ, ਨਿਗਲੈਕਟ ਕਰਦੇ ਹੋ ਜਾਂ ਚੋਰ ਬਣ ਜਾਓ, ਬਿਲਕੁਲ ਫਿਰ ਤਾਂ ਦੂਰ ਜਾ ਸਕਦੀ ਹੈ, ਨਹੀਂ ਤਾਂ ਤੁਹਾਨੂੰ ਕਿਤੇ ਨਾ ਕਿਤੇ ਚੋਭ ਹੁੰਦੀ ਆ ਮੁਲਕ ਬਾਰੇ ਜਾਂ ਜਿੱਥੇ ਤੁਸੀਂ ਬੈਠੇ ਆ। ਬਿਲਕੁਲ ਸਹੀ। ਦੇਖੋ ਨਾ, ਮੈਂ ਐਕਟਿਵਿਸਟ ਸੀ ਕੈਨੇਡਾ ਦੇ ਮਾਮਲਿਆਂ 'ਤੇ ਵੀ ਜੀ, ਅਤੇ ਜਦੋਂ ਮੈਂ ਸਿਟੀਜ਼ਨਸ਼ਿਪ ਲੈ ਲਈ 76 'ਚ,
ਲਾਅ ਪ੍ਰੈਕਟਿਸ ਨਹੀਂ ਕਰ ਸਕਦਾ ਮੈਂ, ਮੈਨੂੰ ਸਿਟੀਜ਼ਨਸ਼ਿਪ ਲੈਣੀ ਪਈ। ਪਰ ਜਦੋਂ ਮੈਂ ਲੈ ਲਈ ਸਿਟੀਜ਼ਨਸ਼ਿਪ, ਫਿਰ ਮੈਂ ਫੈਸਲਾ ਕੀਤਾ ਕਿ ਮੈਂ ਜਦੋਂ ਇੱਥੇ ਮੈਂ ਰੋਟੀ ਕਮਾਉਣਾ, ਮੇਰੇ ਬੱਚੇ ਇੱਥੇ ਜੰਮੇ ਆ, ਅਤੇ ਮੈਨੂੰ ਇਹ ਵੀ ਚਾਹੀਦਾ ਕਿ ਮੈਂ ਇੱਥੇ ਦੇ ਸਮਾਜ ਨੂੰ ਜੇ ਅੱਗੇ ਵੀ ਮੈਂ ਕੋਸ਼ਿਸ਼ਾਂ ਕੀਤੀਆਂ ਬਿਹਤਰ ਬਣਾਉਣ ਦੀਆਂ, ਫਿਰ ਹੋਰ ਵੀ ਕਰਾਂ ਜੀ। ਅਤੇ ਉਸ ਹੀ ਗੱਲ ਦੇ ਨਾਲ ਉਹ ਐਕਟੀਵਿਜ਼ਮ ਜਿਹੜਾ ਚੱਲਦਾ ਰਿਹਾ। ਬਿਲਕੁਲ ਸਹੀ। ਇਟ ਵਾਜ਼ਨਟ, ਯੂ ਸੀ, ਪਾਵਰ ਇਜ਼ ਨੋਟ ਸਮਥਿੰਗ, ਆਈ ਮੀਨ ਮੋਸਟ ਪੀਪਲ ਗੋ ਬਿਕੋਜ਼ ਦੇ ਥਿੰਕ ਪਾਵਰ ਇਜ਼ ਗਲੋਰੀ ਜੀ, ਐਂਡ ਦੇ ਸੀਕ ਪਾਵਰ ਫੋਰ ਪਾਵਰ ਸੇਕ। ਆਈ ਹੈਵ ਨੈਵਰ ਸੌਟ ਪਾਵਰ ਫੋਰ ਪਾਵਰ ਸੇਕ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਜਦੋਂ ਮੈਂ ਰਨ ਕੀਤਾ ਮੈਂ ਜਿੱਤ ਜਾਣਾ। ਜਦੋਂ ਮੈਂ ਜਿੱਤ ਗਿਆ ਮੈਨੂੰ ਇਹ ਨਹੀਂ ਸੀ ਪਤਾ ਮੈਨੂੰ ਕਿਸੇ ਨੇ ਕੈਬਨਿਟ 'ਚ ਲੈ ਲੈਣਾ। ਜਦੋਂ ਕੈਬਨਿਟ 'ਚ ਲੈ ਲਿਆ ਫਿਰ ਉਹ ਤਾਂ ਮੋਏ ਨੂੰ ਵੀ ਨਹੀਂ ਸੁਪਨਾ ਆਉਂਦਾ ਵੀ ਤੂੰ ਪ੍ਰੀਮੀਅਰ ਲਈ ਵੀ ਰਨ ਕਰੇਗਾ। ਲੇਕਿਨ ਹੋਇਆ ਇੱਦਾਂ, ਜਦੋਂ ਮੈਂ ਅਟਾਰਨੀ ਜਨਰਲ ਸੀ, ਜਦੋਂ ਸਾਡਾ ਇੱਕ ਪ੍ਰੀਮੀਅਰ ਉਹਨੇ ਅਸਤੀਫਾ ਦੇ ਦਿੱਤਾ ਅਤੇ ਮੈਨੂੰ ਕਹਿੰਦੇ ਕਈ ਦੋਸਤ ਮੇਰੇ ਜਿਹੜੇ ਐੱਮ ਐੱਲ ਏ ਸੀ ਤੂੰ ਰਨ ਕਰ। ਉਦੋਂ ਮੈਂ ਅਜੇ ਅਟਾਰਨੀ ਜਨਰਲ ਬਣਿਆ ਹੀ ਸੀ, ਮੈਨੂੰ ਇਹ 2 ਮਹੀਨੇ 3 ਮਹੀਨੇ ਹੋਏ ਸੀ ਅਟਾਰਨੀ ਜਨਰਲ ਬਣੇ ਨੂੰ। ਮੈਂ ਕਿਹਾ ਵੀ ਇਹ ਨਹੀਂ ਮੈਂ ਕੰਮ ਕਰਨਾ। ਦੈਨ 4-5 ਸਾਲ ਬਾਅਦ ਫਿਰ ਚਾਂਸ ਆਇਆ, ਇੱਕ ਸਾਡੇ ਪ੍ਰੀਮੀਅਰ ਨੂੰ ਅਸਤੀਫਾ ਦੇਣਾ ਪਿਆ, ਫਿਰ ਮੈਨੂੰ ਬਹੁਤ ਸਾਰੇ ਐੱਮ ਐੱਲ ਏਜ਼ ਨੇ ਕਿਹਾ ਵੀ ਤੂੰ ਰਨ ਕਰ, ਫਿਰ ਮੈਂ ਰਨ ਕੀਤਾ, ਉਹ ਵੀ ਰਿਲੈਕਟੈਂਟਲੀ। ਬਿਲਕੁਲ ਸਹੀ। ਅੱਛਾ, ਜਦੋਂ ਹੁਣ ਆਪਾਂ ਰਾਜਨੀਤੀ ਦੀ ਗੱਲ ਛੇੜ ਹੀ ਲਈ ਹੈ ਤਾਂ ਮੈਂ ਇਹ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਕੈਨੇਡਾ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਅਤੇ ਭਾਰਤ ਦੀ ਰਾਜਨੀਤੀ ਨੂੰ ਜੇ ਤੁਸੀਂ ਬਰਾਬਰ ਦੇਖਣਾ ਹੋਵੇ ਤਾਂ ਕਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਲੱਗਦੀਆਂ ਜਿਹਦਾ ਕਰਕੇ ਅੱਜ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਹਾਂ ਆਪਾਂ ਪੰਜਾਬ ਜਾਂ ਇੰਡੀਆ 'ਚ? ਦੇਖੋ, ਕੈਨੇਡਾ ਦੇ ਵਿੱਚ ਕੋਈ ਤੁਲਨਾ ਨਹੀਂ ਇਹਨਾਂ ਦੋ ਸਿਆਸੀ ਸਿਸਟਮਸ ਦੀ ਜਾਂ ਕਲਚਰਸ ਦੀ। ਜੀ ਜੀ, ਅਤੇ ਮੈਨੂੰ ਤਾਂ ਇਹ ਸੀ ਵੀ ਤੁਸੀਂ ਕੋਈ ਐਸੀ ਪੁਆਇੰਟ ਕੋਈ ਵੀ ਆਹ ਗੱਲਾਂ ਨੇ ਜਿਹਦਾ ਕਰਕੇ ਗੱਡੀ ਖਤਾਨਾ 'ਚ ਵੜੀ ਹੈ। ਦੇਖੋ, ਉਹ ਜਿਹੜੀ ਚੀਜ਼ ਹੈ ਨਾ ਉਹ ਤਾਂ ਬਹੁਤ ਬੁਨਿਆਦੀ ਚੀਜ਼ ਹੈ ਜੀ। ਦੇਖੋ, ਕੈਨੇਡਾ ਦੇ ਵਿੱਚ ਕੋਈ ਪੋਲੀਟੀਸ਼ੀਅਨ ਚੰਗਾ ਜਾਂ ਮਾੜਾ ਹੋਵੇ, ਮਤਲਬ ਕੋਈ ਵਧੀਆ ਪੋਲੀਟੀਸ਼ੀਅਨ ਆ, ਕੋਈ ਆਈਡੀਆਜ਼ ਉਹਦੇ ਵਧੀਆ ਆ, ਜਾਂ ਉਹਨੂੰ ਬੋਲਣਾ ਵਧੀਆ ਆਉਂਦਾ, ਜਾਂ ਉਹ ਔਰਗਨਾਈਜ਼ ਵਧੀਆ ਕਰ ਲੈਂਦਾ ਆਪਣਾ, ਆਪਣੇ ਇਸ਼ੂਜ਼ ਨੂੰ ਮੂਵ ਕਰਦਾ, ਕੋਈ ਮਾੜਾ ਕਰਦਾ, ਲੇਕਿਨ ਕੋਈ ਇਹ ਗੱਲ ਨਹੀਂ ਹੈ ਵੀ ਆਹ ਪੋਲੀਟੀਸ਼ੀਅਨ ਕਰਪਟ ਆ ਤਾਂ ਆਹ ਪੋਲੀਟੀਸ਼ੀਅਨ ਨਹੀਂ ਕਰਪਟ। ਐਥਿਕਸ ਤਾਂ ਹੈ ਨਾ ਉੱਥੇ। ਬਿਲਕੁਲ ਸਹੀ। ਜਦੋਂ ਮਾੜੀ ਮਾੜੀ ਗੱਲ ਜਿਹੜੀ ਆ, ਹੁਣ ਆਗਾ ਖਾਨ ਦੇ ਆਈਲੈਂਡ 'ਤੇ ਜਸਟਿਨ ਟਰੂਡੋ ਚਲੇ ਗਿਆ, ਤਰਥੱਲੀ ਮੱਚ ਗਈ ਜੀ। ਇੱਥੇ ਪਤਾ ਨਹੀਂ ਕੀ ਕੀ ਹੋ ਰਿਹਾ, ਕੋਈ ਤਰਥੱਲੀ ਨਹੀਂ ਮੱਚ ਰਹੀ। ਬਿਲਕੁਲ, ਤੁਸੀਂ ਗੱਲ ਸਮਝਦੇ ਨਾ ਜੀ ਜੀ ਜੀ। ਸੋ ਮਤਲਬ ਵੀ ਉਹ ਜਿਹੜੀ ਦ ਬੇਸਿਕ ਡਿਫਰੈਂਸ ਬਿਟਵੀਨ ਦ ਪੋਲੀਟਿਕਸ ਇਨ ਦੈਟ ਕੰਟਰੀ ਐਂਡ ਦਿਸ ਕੰਟਰੀ ਇਜ਼ ਦ ਪੋਲੀਟ ਐਂਡ ਪੀਪਲ ਐਂਡ ਪੋਲੀਟੀਸ਼ੀਅਨਸ ਬਾਈ ਐਂਡ ਲਾਰਜ ਆਰ ਐਬਸੋਲੂਟਲੀ ਓਨੈਸਟ ਐਂਡ ਐਥਿਕਲ ਐਂਡ ਦੇ ਡੋਂਟ ਥਿੰਕ ਪੋਲੀਟਿਕਸ ਇਜ਼ ਗਲੋਰੀ। ਓਰਡਨਰੀ ਪੀਪਲ, ਓਰਡਨਰੀ ਕੈਨੇਡੀਅਨਸ ਡੋਂਟ ਥਿੰਕ ਪੋਲੀਟਿਕਸ ਇਜ਼ ਗਲੋਰੀ। ਦੇ ਡੋਂਟ ਟ੍ਰੀਟ ਯੂ ਲਾਈਕ ਓਵਰਲੋਰਡਸ, ਲਾਈਕ ਹੇਅਰ you know, a premier or chief minister or somebody or prime minister runs out and 10 people run out to touch his feet. Ji zyada hi nahi, 10 ta bahut ghat hai. Canada de vich ta tusi ture jaane ho, tuhanu bother nahi karde unless somebody wants to come and say tusi bahut vadhiya kaam kita, ja koi sawal puchna hove ta otherwise tuhanu bother nahi karde, tusi ture firde ha. Oh ve smile karke je pehchan lene, ve smile karke lang jande ha ji. Ja koi bahut hi tuhanda upashak hove, oh kehde mainu hun vi kehnde ha we wish you were back in politics. ਰਾਈਟ, ਸੋ ਉਹ ਕਲਚਰ ਹੀ ਡਿਫਰੈਂਟ ਆ ਜੀ। ਮਤਲਬ ਜਿਹੜਾ ਇਹ ਤੁਹਾਨੂੰ ਲੱਗਦਾ ਹੈ ਕਿ ਵੀ ਇੱਥੇ ਦੇ ਕਲਚਰ ਦੇ ਹਿਸਾਬ ਨਾਲ, ਕਿਉਂਕਿ ਅਪਬ੍ਰਿੰਗਿੰਗ ਇਸ ਤਰ੍ਹਾਂ ਦੀ ਹੋ ਗਈ ਕਿ ਜੇ ਤੂੰ ਰਾਜਨੀਤੀ 'ਚ ਚਲਾ ਗਿਆ, ਤੈਨੂੰ ਇੱਕ ਵੀ ਆਈ ਪੀ ਵਾਲਾ ਫੀਤੀ ਲੱਗ ਗਈ ਤਾਂ ਫਿਰ ਤੂੰ ਰਾਬਾਂ ਜਾਂਦੇ ਹੀ ਰਾਜਨੀਤੀ 'ਚ ਤਾਂ ਆਇਆ ਬਹੁਤੇ, ਉਹ ਫੀਤੀ ਲਾਉਣੇ ਜਾਂਦੇ ਨਾ ਓਨੈਸਟਲੀ। ਆਈ ਡੋਂਟ ਮੀਨ ਟੂ ਕ੍ਰਿਟੀਸਾਈਜ਼ ਐਨੀਬਾਡੀ। ਦੇਖੋ ਨਾ, ਇਹ ਮੰਨੀ ਪਰਮੰਨੀ ਗੱਲ ਹੈ ਕਿ ਸਾਡਾ ਸਮਾਜ ਜਿਹੜਾ ਹਿੰਦੁਸਤਾਨ ਦਾ ਉਹ ਐਬਸੋਲੂਟਲੀ ਕਰਪਟ ਹੋ ਚੁੱਕਾ ਜੀ, ਐਥਿਕਲੀ, ਫਾਈਨੈਂਸ਼ਲੀ, ਇਨ ਵਟ ਐਵਰ ਵੇਜ਼ ਯੂ ਵਾਂਟ ਟੂ ਥਿੰਕ ਅਬਾਊਟ ਇਟ। ਬਿਲਕੁਲ ਸਹੀ। ਦੇਖੋ ਨਾ, ਹੁਣ ਜਦੋਂ ਇੱਥੋਂ ਤਾਂ ਕਰਪਟ ਹੋ ਚੁੱਕਾ ਕਿ ਜਦੋਂ ਇੱਕ ਦੂਜੇ ਦੀ ਨੁਕਤਾਚੀਨੀ ਵੀ ਕਰਦੇ ਆ ਨਾ, ਤਾਂ ਉਹਨਾਂ 'ਤੇ ਪਰਸਨਲ ਅਟੈਕ ਕਰਦੇ ਆ ਜੀ ਲੋਕਾਂ 'ਤੇ। ਹੁਣ ਕੈਨੇਡਾ ਦੇ ਵਿੱਚ ਤੁਸੀਂ ਪਰਸਨਲ ਅਟੈਕ ਕਦੇ ਸੁਣੇ ਕਿਸੇ ਨੇ ਇੱਕ ਦੂਜੇ 'ਤੇ ਕੀਤਾ? ਉਹ ਆਈਡੀਆਜ਼ ਦੀ ਗੱਲ ਕਰਦੇ ਆ ਜੀ। ਜੇ ਕੋਈ ਪਰਸਨਲ ਅਟੈਕ ਕਰੇ ਵੀ ਤਾਂ ਲੋਕ ਉਹਨੂੰ ਕੰਡੈਮ ਕਰਦੇ, ਉਸੇ ਵੇਲੇ ਚੁੱਪ ਕਰ, ਬੰਦੇ ਨੂੰ ਮਾਫ਼ੀ ਮੰਗਣੀ ਪੈਂਦੀ ਹੈ ਜੀ। ਸੋ ਮਤਲਬ ਮੇਰੇ ਫਿਰ ਬਹੁਤ ਡਿਫਰੈਂਸ ਹੈ ਇਹਨਾਂ ਚੀਜ਼ਾਂ ਦਾ। ਇਹ ਮਤਲਬ ਨਹੀਂ ਕਿ ਕੈਨੇਡਾ 'ਚ ਕੋਈ ਗਲਤ ਬੰਦਾ ਹੈ ਹੀ ਨਹੀਂ ਜੀ, ਜੀ ਗਲਤ ਬੰਦੇ ਤਾਂ ਹਰ ਜਗ੍ਹਾ ਹੁੰਦੇ ਆ, ਬਟ ਐਜ਼ ਏ ਕਲਚਰ, ਐਜ਼ ਏ ਪੋਲੀਟੀਕਲ ਕਲਚਰ, ਉਹ ਜਿਹੜਾ ਕਲਚਰ ਆ ਉਹ ਇੱਥੇ ਨਾਲੋਂ ਬਹੁਤ ਸੁਪੀਰੀਅਰ ਆ, ਓਨੈਸਟ ਆ, ਐਥੀਕਲ ਆ ਜੀ। ਦੇਖੋ ਨਾ, ਮੇਰੇ ਵਰਗਾ ਬੰਦਾ ਸਾਰੀ ਉਮਰ ਜ਼ਿੰਦਗੀ 'ਚ ਨਾ ਕਦੇ ਇੱਕ ਪੈਸਾ ਲੈਣ ਦੀ ਜ਼ਰੂਰਤ ਪਈ, ਨਾ ਦੇਣ ਦੀ ਜ਼ਰੂਰਤ ਪਈ ਹੈ ਜੀ। ਲੇਕਿਨ ਜੇ ਕਿਸੇ ਨੇ ਮੈਨੂੰ ਕਿਹਾ ਪੁੱਠੇ ਕੰਮ ਲਈ, ਤਾਂ ਹਿੰਦੁਸਤਾਨੀਆਂ ਨੇ ਕਿਹਾ।
ਸਾਨੂੰ ਆਹ ਲਾਇਸੈਂਸ ਚਾਹੀਦਾ ਸਾਨੂੰ, ਤੂੰ ਅਟਰਨੀ ਜਨਰਲ ਹੈ, ਤੈਨੂੰ ਅਸੀਂ ਅੱਧਾ ਪੱਬ ਤੇਰੇ ਨਾਲ ਲਾਦਮਾ, ਸਾਨੂੰ ਲਿਕਰ ਲਾਇਸੈਂਸ ਲੈ ਦੇ। ਅੱਛਾ ਜੀ। ਹਿੰਦੁਸਤਾਨੀਆਂ ਨੇ ਕਿਹਾ ਦੇਖੋ ਨਾ, ਉਹ ਫਿਰ ਸਾਡਾ ਕਲਚਰ ਹੀ ਮਾੜਾ ਹੋਇਆ ਨਾ। ਬਿਲਕੁਲ ਸਹੀ ਹੈ। ਸਾਡੀਆਂ ਵੈਲਿਊਜ਼ ਮਾੜੀਆਂ ਹੋਈਆਂ, ਅਸੀਂ ਮਨੁੱਖ ਮਾੜੇ ਨਹੀਂ ਜੀ, ਸਾਡੀਆਂ ਵੈਲਿਊਜ਼ ਮਾੜੀਆਂ। ਸਰ ਜੇ ਅਸੀਂ ਅਸੀਂ ਇਹਨੂੰ ਸਵਰਗ ਬਣਾਉਣਾ ਚਾਹੁੰਦੇ ਹਾਂ ਜੀ, ਦੇਖੋ ਕੈਨੇਡਾ ਸਵਰਗ ਨਹੀਂ, ਇੰਗਲੈਂਡ ਸਵਰਗ ਨਹੀਂ, ਉੱਥੇ ਵੀ ਪੋਲੀਟੀਸ਼ੀਅਨ ਮਾੜੇ ਹੈਗੇ ਆ, ਜਿਹੜੇ ਕਹਿ ਦਿੰਦੇ ਅਸੀਂ ਐਕਸ ਕਰਾਂਗੇ ਕਰਦੇ ਨਹੀਂ ਫਿਰ ਵਾਈ ਕਰਦੇ ਆ ਜੀ, ਲੇਕਿਨ ਉੱਥੇ ਫਾਈਨੈਂਸ਼ਲੀ ਕਰਪਟ ਨਹੀਂ ਲੋਕ, ਬਿਲਕੁਲ ਐਥਿਕਲੀ ਕਰਪਟ ਨਹੀਂ ਜੀ, ਮਤਲਬ ਉਹਨੇ ਇਹ ਹੇਰਾਫੇਰੀ ਨਹੀਂ ਕਰਨੀ। ਸੋ ਜਿਹੜੀ ਐਥੀਕਲ ਐਂਡ ਫਾਈਨੈਂਸ਼ੀਅਲ ਕਰਪਸ਼ਨ ਆ ਇਸ ਮੁਲਕ ਦੇ ਵਿੱਚੋਂ ਉਹ ਨਿਕਲ ਜਾਵੇ, ਸੱਚ ਬੋਲਣ ਦੀ ਆਦਤ ਪੈ ਜਾਵੇ। 95% ਲੋਕ ਕਹਿਣ ਵੀ ਸੱਚ ਬੋਲਣਾ, ਮਰ ਜਾਣਾ ਝੂਠ ਨਹੀਂ ਬੋਲਣਾ, ਵਿਚ ਇਜ਼ ਦਾ ਕੇਸ ਇਨ ਕੈਨੇਡਾ ਜੀ। ਦੇਖੋ ਨਾ, ਉੱਥੇ ਵਿਟਨੈਸਿਸ ਜਿਹੜੇ ਆ, ਜਦੋਂ ਕਚਹਿਰੀਆਂ ਜਾਂਦੇ ਉੱਥੇ ਇਨਸਾਫ਼ ਤਾਂ ਹੁੰਦਾ, 99% ਪੁਲਿਸ ਝੂਠ ਨਹੀਂ ਬੋਲਦੀ, 99% ਵਿਟਨੈਸਿਸ ਝੂਠ ਨਹੀਂ ਬੋਲਦੇ, 100% ਜੱਜ ਓਨੈਸਟ ਆ, ਇਨਸਾਫ਼ ਤਾਂ ਨਹੀਂ ਹੁੰਦਾ ਨਾ। ਬਿਲਕੁਲ। ਹੁਣ ਜੇ ਤੁਸੀਂ ਪੁਲਿਸ ਵੀ ਝੂਠ ਬੋਲਦੀ ਆ, ਅਗਾਹ ਵੀ ਝੂਠ ਬੋਲਦੇ ਆ, ਜਿਹੜਾ ਮਕਤੂਲ ਆ ਉਹ ਵੀ ਝੂਠ ਬੋਲਦਾ, ਅਤੇ ਵਕੀਲ ਵੀ ਝੂਠ ਤੂਫਾਨ ਸੁਣਾਈ ਜਾਂਦੇ ਆ ਤੁਹਾਨੂੰ, ਫਿਰ ਤਾਂ ਗਾਰਬੇਜ ਇਨ ਗਾਰਬੇਜ ਆਊਟ ਵਾਲੀ ਗੱਲ ਹੋਈ ਨਾ, ਫਿਰ ਇਨਸਾਫ਼ ਕਿੱਥੋਂ ਮਿਲੂਗਾ ਤੁਹਾਨੂੰ। ਸਹੀ ਗੱਲ। ਸੋ ਮਤਲਬ ਮੈਨੂੰ ਇਹ ਕਹਿ ਦਿੰਦੇ ਆ, ਤੂੰ ਬਹੁਤ ਨੁਕਤਾਚੀਨੀ ਕਰਦਾ ਸਾਡੇ ਆ, ਕਿ ਮੈਂ ਨੁਕਤਾਚੀਨੀ ਨਹੀਂ ਕਰਦਾ, ਮੈਨੂੰ ਅਜੇ ਵੀ ਇਸ ਮੁਲਕ ਨਾਲ ਪਿਆਰ ਆ, ਤਦੇ ਮੈਂ ਹਰ ਸਾਲ ਆਉਣਾ ਜੀ, ਮੁਲਕ ਨਾਲ ਪਿਆਰ ਆ, ਕਿਉਂਕਿ ਮੈਂ ਇਸ ਮੁਲਕ 'ਚ ਜੰਮਿਆ ਪਲਿਆ, ਇੱਥੇ ਦੀ ਧਰਤੀ ਨਾਲ ਪਿਆਰ ਆ। ਇਹਦੇ 'ਚ ਮੈਂ ਕੋਈ ਕੰਟਰਾਡਿਕਸ਼ਨ ਨਹੀਂ ਸਮਝਦਾ, ਕਿ ਮੈਂ ਕੈਨੇਡੀਅਨ ਸ਼ਹਿਰੀ ਹਾਂ ਤਾਂ ਮੇਰਾ ਭਾਰਤ ਨਾਲ ਕਿਉਂ ਪਿਆਰ ਹੋਵੇ, ਮੈਂ ਤਾਂ ਸਾਰੀ ਦੁਨੀਆ ਨੂੰ ਪਿਆਰ ਕਰਦਾ, ਭਾਰਤ ਨਾਲ ਥੋੜ੍ਹਾ ਜਿਹਾ ਜ਼ਿਆਦਾ ਪਿਆਰ ਆ ਬਾਕੀ ਦੁਨੀਆ ਨਾਲੋਂ, ਕਿਉਂਕਿ ਇੱਥੇ ਮੈਂ ਜੰਮਿਆ ਪਲਿਆ ਜੀ, ਸਮਝਦੇ ਮੇਰੇ ਲਗਾਅ ਤੁਹਾਡਾ ਕੁਦਰਤੀ ਹੁੰਦਾ। ਬਿਲਕੁਲ ਸਹੀ। ਅੱਛਾ ਇੱਕ ਚੀਜ਼ ਦੱਸੋ ਦੁਸਾਂਧ ਸਾਹਿਬ, ਜੇ ਹੁਣ ਤੁਸੀਂ ਉੱਥੋਂ ਇਹਨੂੰ ਦੇਖਦੇ ਹੋ, ਤੁਸੀਂ ਜਿਵੇਂ ਇਹ ਪਰਿਭਾਸ਼ਾ ਦੱਸੀ ਬਿਲਕੁਲ ਇਨ ਬਿਨ ਸਹੀ ਹੈ, ਪਰ ਹੁਣ ਗਰਾਰੀ ਇਹ ਹੈ ਕਿ ਵੀ ਇਹ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ, ਇਹ ਜ਼ਿਆਦਾਤਰ ਸਾਡੇ ਇੱਧਰਲੇ ਲੋਕ, ਆਮ ਵੋਟਰ, ਆਮ ਪੰਜਾਬੀ, ਆਮ ਸ਼ਹਿਰੀ, ਆਮ ਦੇਸ਼ਵਾਸੀ ਸਮਝਦਾ, ਉਹਨੂੰ ਪਤਾ ਕਿ ਇਹ ਚੀਜ਼ ਹੈਗੀ ਹੈ, ਪਰ ਉਹਦੇ ਕੋਲ ਕੋਈ ਵੇ ਆਊਟ ਨਹੀਂ ਹੈਗਾ, ਕੋਈ ਰਸਤਾ ਨਹੀਂ ਹੈਗਾ, ਕੋਈ ਰਾਹ ਨਹੀਂ ਹੈਗਾ ਕਿ ਉਹ ਇਹਨੂੰ ਤਬਦੀਲ ਕਰ ਸਕੇ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਲੋਕਤੰਤਰਿਕ ਪ੍ਰਣਾਲੀ ਦੀ, ਕਿ ਤੁਸੀਂ ਇੱਕ ਬੰਦਾ ਖੜ੍ਹਾ, ਤੁਸੀਂ ਉਹਨੂੰ ਵੋਟ ਪਾਉਣੀ ਹੈ, ਪਰ ਹੁਣ ਬੰਦਾ ਜਿਹੜਾ ਖੜ੍ਹਾ ਉਹ ਵੀ ਅਗਲੇ ਨੇ ਖੜ੍ਹਾ ਕਰਨਾ, ਵੋਟ ਜਿਨ੍ਹਾਂ ਨੇ ਪਾਉਣੀ ਆ ਉਹ ਵੀ ਅਗਲਿਆਂ ਦੀ, ਅਤੇ ਤੁਸੀਂ ਜਦੋਂ ਵੋਟ ਪਾਉਣ ਜਾਂਦੇ ਹੋ ਉਹਦੇ 'ਚ ਕਿਹੜੀ ਕਿਹੜੀ ਚੀਜ਼ ਪ੍ਰਭਾਵਿਤ ਕਰੇਗੀ ਤੁਹਾਨੂੰ, ਉਹ ਵੀ ਸਾਰੀਆਂ ਚੀਜ਼ਾਂ ਪਲੈਨ ਨੇ, ਅਤੇ ਫਿਰ ਰਾਹ ਕੀ ਹੋਊਗਾ ਬਚਣ ਦਾ। ਦੇਖੋ ਜਿਹੜੀ ਤੁਸੀਂ ਫਰਜ਼ ਕਰੋ ਇੱਕ ਦੋ ਚੋਰ ਖੜ੍ਹੇ ਆ ਜੀ, ਤੁਸੀਂ ਇਹੀ ਕਹਿੰਦੇ ਆ ਜੀ ਜੀ, ਵੀ ਤਿੰਨ ਚੋਰ ਖੜ੍ਹੇ ਆ ਕਿਸੇ ਸੀਟ 'ਤੇ, ਵੀ ਇੱਕ ਚੋਰ ਨੂੰ ਤਾਂ ਵੋਟ ਪਾਉਣੀ ਆ ਜੀ, ਚਲੋ ਉਹ ਤਾਂ ਮਜਬੂਰੀ ਆ ਪਾਉਣੀ ਆ, ਲੇਕਿਨ ਜਦੋਂ ਉਹ ਚੋਰ ਐੱਮ ਐੱਲ ਏ ਜਾਂ ਐੱਮ ਪੀ ਬਣ ਕੇ ਆਉਂਦਾ, ਉਹਦੇ ਪੈਰੀਂ ਤਾਂ ਹੱਥ ਨਾ ਲਾਓ। ਜੇ ਤੁਹਾਡਾ ਕੋਈ ਡੀ ਸੀ, ਐੱਸ ਪੀ, ਕੋਈ ਮੈਜਿਸਟਰੇਟ, ਕੋਈ ਬਿਊਰੋਕਰੈਟ, ਕੋਈ ਕੋਈ ਕਲਰਕ ਕੰਮ ਨਹੀਂ ਕਰਦਾ, ਸਿਫਾਰਸ਼ਾਂ ਨਾ ਪਾਓ, ਉੱਥੇ ਜ਼ਿੰਦਗੀ ਔਰ ਮੌਤ ਦਾ ਮਰਨ ਵਰਤ ਰੱਖ ਦਿਓ, ਕੁਛ ਤਾਂ ਕਰੋ ਜੀ। ਜੇ ਤੁਸੀਂ ਕਹੋਗੇ ਭਈ ਭਈ ਮੈਂ ਤਾਂ ਬਈ ਫਲਾਨਾ ਡੀ ਐੱਸ ਪੀ ਜਾਂ ਐੱਸ ਪੀ ਉਹਨੂੰ ਲੈ ਕੇ ਮੈਂ ਆਪਣਾ ਕੰਮ ਕਰਾ ਲਵਾਂ, ਅਤੇ ਮੈਂ ਫਿਰ ਕਹਾਂ ਮੇਰਾ ਮੁਲਕ ਵੀ ਠੀਕ ਹੋ ਜਾਵੇ, ਇਹ ਦੋ ਗੱਲਾਂ ਨਹੀਂ ਨਾ ਹੋਣੀਆਂ, ਕੁਰਬਾਨੀ ਤਾਂ ਕਰਨੀ ਪਊ। ਬਿਲਕੁਲ। ਆਜ਼ਾਦੀ ਐਵੇਂ ਤਾਂ ਨਹੀਂ ਨਾ ਆਈ ਜੀ, ਆਜ਼ਾਦੀ ਨੂੰ ਕੁਰਬਾਨੀਆਂ ਕਿਸੇ ਨੇ ਸ਼ਾਂਤੀ ਨਾਲ ਕੁਰਬਾਨੀਆਂ ਕੀਤੀਆਂ, ਕਿਸੇ ਨੇ ਲੜ ਕੇ, ਆਜ਼ਾਦੀ ਕੁਰਬਾਨੀਆਂ ਨਾਲੇ ਆਈ ਹੈ ਨਾ ਜੀ। ਅਤੇ ਜੇ ਤੁਸੀਂ ਹੁਣ ਚਾਹੁੰਦੇ ਆ ਕਿ ਕਰਪਸ਼ਨ ਅਤੇ ਅਨਐਥੀਕੈਲਿਟੀ ਜਿੰਨਾ ਗੰਦ ਆ ਸਿਆਸਤ ਦਾ ਜਾਂ ਆਪਣੇ ਸਮਾਜ ਦਾ, ਉਹ ਤੋਂ ਆਜ਼ਾਦੀ ਲੈਣੀ ਆ, ਉਹਦੇ ਲਈ ਵੀ ਲੜਾਈ ਲੜਨੀ ਪਊ ਜੀ। ਜਾਂ ਇਹ ਕਹੀਏ ਵੀ ਬਈ ਮੈਂ ਨਹੀਂ ਲੜਨੀ, ਬਾਕੀ ਲੜੀ ਜਾਣ, ਮੈਂ ਇਹ ਕਹੀ ਜਾਵਾਂ ਵੀ ਮੁਲਕ ਬਹੁਤ ਮਾੜਾ ਚੰਗਾ ਹੋਣਾ ਚਾਹੀਦਾ, ਵੀ ਮੈਂ ਲੜਾਈ ਨਹੀਂ ਲੜਨੀ, ਤੁਸੀਂ ਲੜ ਲਓ, ਇੱਦਾਂ ਕਿੱਦਾਂ ਹੋਊਗਾ। ਬਿਲਕੁਲ ਸਹੀ। ਆਹੋ ਹਰੇਕ ਨੂੰ ਆਪਣਾ ਆਪਣਾ ਰੋਲ ਤਾਂ ਅਦਾ ਕਰਨਾ ਹੀ ਪੈਣਾ, ਪਰ ਇਹਦੇ 'ਚ ਇੱਕ ਚੀਜ਼ ਹੈ ਕਿ ਵੀ ਜੇ ਕੋਈ ਬੰਦਾ ਕਰਨਾ ਵੀ ਚਾਹੇ ਨਾ, ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਵਾਲੇ ਹੁੰਦੇ, ਜਾਂ ਤਾਂ ਪਰਿਵਾਰ ਹੈ ਜਾਂ ਫਿਰ ਹੋਰ, ਉਹਦਾ ਫਿਰ ਹੱਲ ਕੀ ਹੈ? ਉਹਦਾ ਤਾਂ ਦੇਖੋ ਉਹਦਾ ਹੱਲ ਤਾਂ ਲੜਾਈ ਆ, ਕੌਂਸਟੈਂਟ ਲੜਾਈ ਆ। ਦੇਖੋ ਨਾ, ਅਸੀਂ ਹੁਣੇ ਬਾਬੇ ਨਾਨਕ ਦਾ 550ਵਾਂ ਜਨਮਦਿਨ ਮਨਾ ਕੇ ਹਟੇ ਹਾਂ, ਅਸੀਂ ਬਾਬੇ ਨਾਨਕ ਦੀਆਂ ਗੱਲਾਂ ਕਰੀ ਜਾਂਦੇ ਹਾਂ, ਅਸੀਂ ਗਾਂਧੀ ਦੀਆਂ ਗੱਲਾਂ ਕਰੀ ਜਾਂਦੇ ਹਾਂ, ਬੁੱਧ ਦੀਆਂ ਗੱਲਾਂ ਕਰੀ ਜਾਂਦੇ ਹਾਂ, ਗੱਲਾਂ ਅਸੀਂ ਬੜਬੜੀਆਂ ਕਰਦੇ ਹਾਂ, ਕੰਮ ਅਸੀਂ ਬਹੁਤ ਛੋਟੇ ਛੋਟੇ ਕਰਦੇ ਹਾਂ ਜੀ। ਜੇ ਅਸੀਂ ਗੱਲਾਂ ਘੱਟ ਕਰੀਏ, ਕੰਮ ਜ਼ਿਆਦਾ ਕਰੀਏ, ਤਾਂ ਫਿਰ ਤਬਦੀਲੀ ਆਊ। ਤਬਦੀਲੀ ਲਿਆਉਣ ਲਈ ਲੜਾਈ ਦੀ ਜ਼ਰੂਰਤ ਹੈ, ਲੜਾਈ ਨਾਟ ਵਾਇਲੈਂਟ, ਲੜਾਈ ਨੋਨ ਵਾਇਲੈਂਟ, ਐਜੀਟੇਸ਼ਨਸ ਦੀ ਲੋੜ ਆ, ਮੂਵਮੈਂਟ ਦੀ ਲੋੜ ਆ, ਲੋਕਾਂ ਨੂੰ ਚੰਗੇ ਬਣਨ ਦੀ ਲੋੜ ਆ। ਦੇਖੋ ਨਾ, ਮੈਂ ਜਦੋਂ ਛੋਟਾ ਹੁੰਦਾ ਸੀ ਨਾ, ਤਾਂ ਕਈ ਲੋਕ ਮੈਨੂੰ ਅਜੇ ਵੀ ਚੇਤਾ, ਕਈ ਬਜ਼ੁਰਗ, ਉਹਨਾਂ ਜ਼ਮਾਨਿਆਂ 'ਚ ਸਾਦੀ ਜ਼ਿੰਦਗੀ ਉਹਨਾਂ ਦੀ,
ਸਾਈਕਲ ਚੁੱਕਣਾ, ਉਹਨੇ ਖਰੀਦ ਲਿਆਉਣੀਆਂ ਚੀਜ਼ਾਂ, ਪਿੰਡ ਲਈ ਭਲੇ ਦਾ ਕੰਮ ਕਰਨਾ, ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਹੁੰਦਾ, ਰਾਈਟ, ਕੋਈ ਰੈਟ ਰੇਸ ਨਹੀਂ ਸੀ। ਤੁਹਾਨੂੰ ਉੱਦਾਂ ਦੇ ਸਾਧ ਬਣੋਗੇ ਤਾਂ ਤੁਸੀਂ ਲੜਾਈ ਲੜ ਸਕਦੇ ਹੋ ਜੀ। ਮੈਨੂੰ ਯਾਦ ਆ ਦਰਸ਼ਨ ਸਿੰਘ ਕੈਨੇਡੀਅਨ ਮੈਨੂੰ ਇੱਕ ਦਫ਼ਾ ਮਿਲੇ ਤਾਂ ਮੈਨੂੰ ਕਹਿੰਦੇ ਤੇਰੇ ਕੋਲ ਕਿਤਾਬ ਆ ਹੱਥ, ਮੈਂ ਕਿਹਾ ਤੁਸੀਂ ਲੈ ਲਓ। ਉਹ ਕਿਤਾਬਾਂ ਦੇ ਬਹੁਤ ਸ਼ੌਕੀਨ ਸੀ, ਹੁਸ਼ਿਆਰਪੁਰ ਮੈਨੂੰ ਮਾਸੀ ਦੇ ਘਰ ਮਿਲੇ ਤਾਂ ਗੱਲਾਂ ਕਰਨ ਲੱਗ ਪਏ। ਮੈਨੂੰ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਤੇਰਾ ਜੀ ਇੰਡੀਆ ਆਉਣ ਨੂੰ ਕਰਦਾ, 70s ਦੀ ਗੱਲ ਆ ਜੀ। ਮੈਂ ਕਿਹਾ ਜੀ ਕਰਦਾ ਪਰਮਾਨੈਂਟਲੀ। ਕਹਿੰਦੇ ਇੱਦਾਂ ਗੱਲ ਆ ਵੀ ਜਾਂ ਤਾਂ ਇੱਥੇ ਸਾਧ ਬਣ ਕੇ ਜ਼ਿੰਦਗੀ ਜੀ ਸਕਦੇ ਹਾਂ ਜਾਂ ਗੁੰਡੇ ਬਣ ਕੇ। ਅੱਛਾ, ਵਿਚਕਾਰਲਾ ਮੇਲ ਨਹੀਂ ਹੈਗਾ, ਵਿਚਕਾਰ ਰਾਹ ਨਹੀਂ ਇੱਥੇ ਜੀ। ਇਹ 70 'ਚ ਕਿਹਾ ਸੀ, 70s ਦੇ ਵਿੱਚ, ਅਤੇ ਅੱਜ ਵੀ ਸੱਚ ਹੈ, ਦੇਖ ਲਓ। ਐਬਸੋਲੂਟਲੀ, ਦੇਖੋ ਨਾ, ਉਸ ਮਨੁੱਖ ਨੇ ਸਾਧ ਬਣ ਕੇ ਜ਼ਿੰਦਗੀ ਬਤੀਤ ਕੀਤੀ ਹੈ ਜੀ। ਦੇਖੋ ਕੈਨੇਡਾ ਦੇ ਸੁੱਖਾਂ ਨੂੰ ਲੱਤ ਮਾਰ ਕੇ ਆਇਆ ਜੀ, ਬਿਲਕੁਲ ਸਹੀ। ਅਤੇ ਉਹਨਾਂ ਦੀ ਕਿਤਾਬ ਮੈਨੂੰ ਉੱਥੇ ਸੈਕਿੰਡ ਹੈਂਡ ਬੁੱਕ ਸਟੋਰਸ ਦੇ ਵਿੱਚੋਂ ਲੱਭੀ, ਰਾਈਜ਼ ਆਫ ਏਸ਼ੀਆ ਅੰਗਰੇਜ਼ੀ 'ਚ ਲਿਖੀ, ਉਹਨਾਂ ਜ਼ਮਾਨਿਆਂ ਦੀ, 40s ਦੀ। ਅਤੇ ਉਹੋ ਜਿਹੇ ਮਨੁੱਖ ਜੇ ਹੋਣ ਜੀ, ਜ਼ਰੂਰੀ ਨਹੀਂ ਵੀ ਸਿਧਾਂਤ ਪੋਲੀਟੀਕਲ ਸਿਧਾਂਤ ਹੋਵੇ, ਪੋਲੀਟੀਕਲ ਸਿਧਾਂਤ ਕੋਈ ਵੀ ਹੋ ਸਕਦਾ ਜੀ ਜੀ ਜੀ, ਲੇਕਿਨ ਬੁਨਿਆਦੀ ਤੌਰ 'ਤੇ ਇਹ ਹੋਵੇ ਕਿ ਲੋਕਾਂ ਦਾ ਭਲਾ, ਬਰਾਬਰਤਾ, ਇਨਸਾਫ, ਬਿਲਕੁਲ ਸਹੀ। ਅਤੇ ਇਹ ਜੇ 3-4 ਚੀਜ਼ਾਂ ਹੋਣ, ਪੋਲੀਟੀਕਲ ਸਿਧਾਂਤ ਦਾ ਹਿੱਸਾ ਹੋਣ, ਨੋਨ ਵਾਇਲੈਂਟ ਮੂਵਮੈਂਟ ਹੋਵੇ ਤੁਹਾਡੀ, ਲੇਕਿਨ ਹੋਵੇ ਇਹ ਕਿ ਭਈ ਇਹ ਜਿਹੜਾ ਇਹੋ ਜਿਹਾ ਸਮਾਜ ਕਾਇਮ ਕਰਨਾ, ਇਹ ਸਾਰਾ ਕੁਛ ਦੱਸਾਂ ਸਾਹਿਬ, ਜਦੋਂ ਇਹ ਕਰਨਾ ਹੁੰਦਾ ਨਾ ਤਾਂ ਉਦੋਂ ਇਹ ਬੜਾ ਜ਼ਰੂਰੀ ਹੁੰਦਾ ਕਿ ਬੰਦੇ ਨੂੰ ਬੰਦਾ ਦੇਖਿਆ ਜਾਵੇ। ਪਰ ਜਦੋਂ ਆਪਾਂ ਇੱਧਰਲੀ ਰਾਜਨੀਤੀ ਦੀ ਗੱਲ ਕਰਦੇ ਨੇ ਤਾਂ ਉਹਨਾਂ ਬੰਦਿਆਂ ਨੂੰ ਵੰਡ ਲਿਆ, ਜਿਹੜੀ ਚੀਜ਼ ਗੋਰੇ ਕਰਦੇ ਸੀ ਉਹਨਾਂ ਨੇ ਇਹ ਚੀਜ਼ ਕਰ ਲਈ, ਕਿਸੇ ਨੂੰ ਧਰਮ 'ਤੇ ਵੰਡ ਦਿਓ, ਕਿਸੇ ਨੂੰ ਜਾਤ 'ਤੇ ਵੰਡ ਦਿਓ, ਕਿਸੇ ਨੂੰ ਖਿੱਤੇ 'ਤੇ ਵੰਡ ਦਿਓ। ਇਹ ਜਦੋਂ ਵੰਡੀਆਂ ਹੀ ਪੈ ਗਈਆਂ ਨੇ ਤਾਂ ਫਿਰ ਮੰਨ ਲਓ ਕਿ ਵੀ ਇੱਕ ਬੰਦਾ ਤੁਰਿਆ ਵੀ ਹੈ ਤਾਂ ਉਹਨੂੰ ਉਹਦੀ ਲੜਾਈ ਨੂੰ ਸਿੱਧੀ ਰਹਿਣ ਦੇਣ ਦੀ ਬਜਾਏ ਉਹਨੂੰ ਇੱਧਰ ਇੱਧਰ ਫਸਾ ਦਿੱਤਾ ਜਾਂਦਾ, ਭਾਵੇਂ ਉਹ ਧਰਮ ਦੇ ਤੌਰ 'ਤੇ ਫਸਾ ਲਿਆ ਜਾਵੇ। ਇਹ ਜਿਹੜਾ ਇਸ ਤਰ੍ਹਾਂ ਦੀ ਰਾਜਨੀਤੀ ਆ ਗਈ ਹੈ, ਇਹਨੂੰ ਕਿਵੇਂ ਦੇਖਦੇ ਹੋ? ਇਹਦੇ ਲਈ ਲੜਾਈ ਲੜਨੀ ਪਊ। ਦੇਖੋ ਨਾ, ਹੁਣ ਇਸ ਵੇਲੇ ਆਸਾਮ ਦੇ ਵਿੱਚ ਡਿਟੈਂਸ਼ਨ ਕੈਂਪਸ ਆ ਜੀ, ਚਾਈਨਾ 'ਚ ਬਹੁਤ ਵੱਡੇ ਡਿਟੈਂਸ਼ਨ ਕੈਂਪਸ ਆ, ਉਗਰਸ ਨੂੰ ਉੱਥੇ ਦੱਬਿਆ ਉਹਨਾਂ ਨੇ। ਇੱਥੇ ਇਹਨਾਂ ਨੇ 2 million ਲੋਕ ਜਿਹੜੇ ਆ ਸਟੇਟਲੈਸ ਕਰਾਰ ਦਿੱਤੇ ਆਸਾਮ ਨੇ। ਉਹ ਕਹਿ ਰਹੇ ਆਸਾਮ ਇਜ਼ ਫੋਰ ਆਸਾਮੀਜ਼, ਆਸਾਮ ਇਜ਼ ਨੋਟ ਫੋਰ ਆਸਾਮੀਜ਼, ਪੰਜਾਬ ਇਜ਼ ਨੋਟ ਫੋਰ ਪੰਜਾਬੀਜ਼, ਇੰਡੀਆ ਇਜ਼ ਫੋਰ ਇੰਡੀਅਨਸ। ਜਿਹੜੇ ਮੁਲਕ 'ਚ ਮੈਂ ਰਹਿੰਦਾ ਉੱਥੇ ਮੈਂ ਕਿਸੇ ਸੂਬੇ ਨੂੰ ਛੱਡ ਕੇ ਕਿਸੇ ਹੋਰ ਸੂਬੇ ਜਦੋਂ ਮੇਰਾ ਜੀ ਕਰੇ ਮੈਂ ਜਾ ਕੇ ਰਹਿ ਸਕਦਾ, ਜਾਇਦਾਦ ਖਰੀਦ ਸਕਦਾ, ਮੇਰਾ ਜੀ ਕਰੇ ਜਿੱਥੇ ਮਰਜ਼ੀ ਮੈਂ ਟਰੈਵਲ ਕਰ ਸਕਦਾ। ਮੁਲਕ ਤਾਂ ਹੋਇਆ ਜੇ ਉਹਦੇ ਅੰਦਰ ਦੀਆਂ ਹੱਦਾਂ ਜਿਹੜੀਆਂ ਉਹ ਮਨੁੱਖਾਂ ਨੂੰ ਸੀਮਤ ਨਾ ਕਰਨ ਜੀ। ਅਤੇ ਜੇ ਅਸੀਂ ਇਹੀ ਕਹੀ ਜਾਣਾ ਕਿ ਇਹ ਮੁਸਲਮਾਨ ਆ, ਇਹ ਹਿੰਦੂ ਆ, ਮੁਸਲਮਾਨ ਤਾਂ ਪਾਕਿਸਤਾਨ ਨੂੰ ਚਲੇ ਜਾਣ, ਸਿੱਖ ਹਿੰਦੂ ਆ ਜਾਣ, ਬੁੱਧੀ ਆ ਜਾਣ, ਕ੍ਰਿਸਚਨ ਆ ਜਾਣ, ਉਹਨਾਂ ਨੂੰ ਅਸੀਂ ਰੈਫਿਊਜੀ ਕਰਾਰ ਦਿੰਦੇ ਹਾਂ। ਦੇਖੋ ਨਾ, ਮੁਲਕ ਦੀਆਂ ਫਾਊਂਡੇਸ਼ਨਸ ਜਿਹੜੀਆਂ ਅਸੀਂ ਫਾਊਂਡਰਸ ਨੇ ਬਣਾਈਆਂ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ, ਲੇਕਿਨ ਓਵਰਆਲ ਜੇ ਦੇਖੋ ਮੁਲਕ ਦਾ ਜਿਹੜਾ ਨਕਸ਼ਾ ਉਹਨਾਂ ਨੇ ਕਾਇਮ ਕੀਤਾ ਸੀ, ਅੰਬੇਦਕਰ ਹੋਣਾ ਨੇ, ਨਹਿਰੂ ਹੋਣਾ ਨੇ, ਗਾਂਧੀ ਹੋਣਾ ਨੇ, ਸਾਰਿਆਂ ਨੇ, ਪਟੇਲ ਹੋਣਾ ਨੇ ਰਲ ਕੇ ਜਿਹੜਾ ਨਕਸ਼ਾ ਕਾਇਮ ਕੀਤਾ ਸੀ, ਉਹ ਇੱਕ ਬੁਨਿਆਦੀ ਤੌਰ 'ਤੇ ਵੰਡਰਫੁਲ, ਇਗੈਲੀਟੇਰੀਅਨ, ਇਨਕਲੂਸਿਵ ਨਕਸ਼ਾ ਸੀ। ਅਤੇ ਜੋ ਕੁਛ ਹੁਣ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਰੈਫਿਊਜੀ ਸਟੈਟਸ ਦੇਵਾਂਗੇ ਜਿਹੜੇ ਨੋਨ ਮੁਸਲਿਮ ਹੋਣਗੇ ਉਹਨਾਂ ਨੂੰ, ਦੇਖੋ ਮੇਰਾ ਸਿਆਸੀ ਕੋਈ ਇੰਟਰਸਟ ਨਹੀਂ ਇਸ ਮੁਲਕ ਦੇ ਵਿੱਚ। ਲੇਕਿਨ ਜਿਹੜੀਆਂ ਜਨੀਵਾ ਕਨਵੈਨਸ਼ਨਸ ਆ ਉਹ ਇਹ ਕਹਿੰਦੀਆਂ ਕਿ ਜਿਹੜਾ ਇੰਟਰਨੈਸ਼ਨਲ ਕਾਮਨ ਲਾਅ ਐਕਸੈਪਟਡ ਹੈ ਇਸ ਵੇਲੇ ਕਿ ਤੁਸੀਂ ਕਿਸੇ ਨੂੰ ਰੈਫਿਊਜੀ ਕਰਾਰ ਦੇਣ ਵੇਲੇ ਉਹਦੇ ਧਰਮ, ਨਸਲ, ਖਿੱਤੇ ਵਗੈਰਾ ਦੇ ਆਧਾਰ 'ਤੇ ਉਹਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਸੋ ਅਸੀਂ ਤਾਂ ਹੁਣ ਇੰਟਰਨੈਸ਼ਨਲ ਲਾਅ ਨੂੰ ਹੀ ਬ੍ਰੇਕ ਕਰਨ ਲੱਗ ਪਏ ਹਾਂ। ਦੈਟ ਇਜ਼ ਰੋਂਗ। ਅਸੀਂ ਇਹ ਬਣਾ ਰਹੇ ਹਾਂ ਕਿ ਅਸੀਂ ਇੱਕ ਹਾਂ, ਉਹ ਦੂਜੇ ਅਦਰ ਆ, ਵੇਅਰ ਅਦਰਿੰਗ ਪੀਪਲ ਐਜ਼ ਵੀ ਸੇ ਇਨ ਇੰਗਲਿਸ਼, ਰਾਈਟ, ਵੇਅਰ ਨਾਓ ਅਦਰਿੰਗ ਪੀਪਲ, ਯੂ ਬਿਗਿਨ ਟੂ ਅਦਰ ਪੀਪਲ ਐਂਡ ਯੂ ਨੋ ਵਟ ਹੈਪਨਸ, ਯੂ ਹੈਵ ਅ ਹਿਟਲਰ। ਹਿਟਲਰ ਦੀ ਜਰਮਨੀ ਦੇ ਵਿੱਚ ਅਦਰਿੰਗ ਸ਼ੁਰੂ ਹੋਈ ਸੀ। ਪਹਿਲਾਂ ਉਹਨਾਂ ਦੀਆਂ ਜਿਊਜ਼ ਦੀਆਂ ਦੁਕਾਨਾਂ ਦੇ ਜੰਦਰੇ ਭੰਨੇ ਉਹਨਾਂ ਨੇ, ਕ੍ਰਿਸਟਲ ਨੋਟ ਦੀ ਨਾਈਟ ਕਹਿੰਦੇ ਆ, ਜਦੋਂ ਉਹਨੇ ਬਹੁਤ ਅੱਗ ਮਚਾਤੀ। ਜਿਹੜੇ ਹਿਟਲਰ ਦੀ ਹੁੰਦੀ ਸੀ ਖਾਕੀ ਸ਼ਰਟਸ ਜਿਹੜੀਆਂ ਹੁੰਦੀਆਂ ਸੀ, ਬਰਾਊਨ ਸ਼ਰਟਸ, ਉਹਨਾਂ ਨੇ ਤਸੱਲੀ ਮਚਾਈ ਹੋ ਸੀ। ਹਿਟਲਰ ਨੇ ਲੋਕਾਂ ਨੂੰ ਭੜਕਾ ਕੇ ਜੂਸ ਦੇ ਖਿਲਾਫ ਤਬਾਹੀ ਮਚਾਈ। ਹਿਟਲਰ ਨੇ 1 million ਰੋਮਾ ਮਾਰੇ, ਜਿਪਸੀਸ, ਉਹ ਲੋਕ ਸੀ ਜਿਹੜੇ ਹਿੰਦੁਸਤਾਨੀ ਸੀ,
ਉਹ ਹਿੰਦੁਸਤਾਨੀ ਮੂਲ ਦੇ ਲੋਕ ਆ ਜਿਹੜੇ ਮਹਿਮੂਦ ਗਜ਼ਨਵੀ ਦੇ ਇਨਵੇਜ਼ਨਸ ਤੋਂ ਸ਼ੁਰੂ ਹੋ ਕੇ ਬਹੁਤ ਸਾਰੇ ਇਨਵੇਡਰਸ ਦੇ ਨਾਲ ਸਲੇਵਸ ਦੇ ਤੌਰ 'ਤੇ ਗਏ ਸੀ। ਜਦੋਂ ਟਰਕੀ ਦੀ ਸਲਤਨਤ ਜਿਹੜੀ ਕਮਜ਼ੋਰ ਹੋਈ ਤਾਂ ਉਹ ਦਸ਼ਤੇ ਨਵਰ ਜਿਹੜਾ ਸੀਗਾ ਡੈਜ਼ਰਟ ਆਫ ਦਾ ਜਿਪਸੀਜ਼, ਉੱਥੋਂ ਉਹ ਚੱਲ ਕੇ ਯੂਰਪ ਨੂੰ ਚਲੇ ਗਏ। ਉਹ ਕਹਿੰਦੇ ਜੇ ਇੱਥੇ ਆਏ ਤਾਂ ਸਾਨੂੰ ਇਹਨਾਂ ਨੇ ਐਕਸੈਪਟ ਨਹੀਂ ਹੁਣ ਕਰਨਾ, ਸਾਡੀ ਤਾਂ ਮਲੇਸ਼ੀਆ ਦੇ ਨਾਲ ਜੀ ਤਾਂ ਭਿੱਟ ਹੋਗਾ। ਸੋ ਉਹ 1 ਮਿਲੀਅਨ ਲੋਕ ਯੂਰਪ ਰੋਮਾ ਉਹਨੇ ਮਾਰੇ ਜਰਮਨੀ 'ਚ, ਫਿਰ ਉਹਨੇ ਜਿਊਜ਼ ਮਾਰੇ 6 ਮਿਲੀਅਨ। ਇੱਦਾਂ ਹੀ ਉਹ ਸਾਰੇ ਜਿਹੜੇ ਜਰਮਨ ਸੀਗੇ ਕੋਈ ਨਾ ਕੋਈ ਲੜਦਾ ਸੀ, ਬਾਕੀ ਸਾਰੇ ਹੋਏ ਤਾਂ ਮਾੜੇ ਲੋਕ ਆ। ਵੀ ਆਰ ਅਸ, ਦੇ ਆਰ ਦੈਮ, ਵੀ ਆਰ ਨੋਟ ਦ ਸੇਮ। ਹਿੰਦੁਸਤਾਨ ਦੇ ਵਿੱਚ ਹੁਣ ਅਸੀਂ ਬਹੁਤ ਸਾਰੇ ਜਿੰਨੇ ਸਟੈਪਸ ਆ, ਸਕੋਲਰਸ, ਦਲਿਤਸ, ਮੁਸਲਿਮਸ, ਅਸੀਂ ਈਵਨ ਕੋਪਸ ਹੂ ਆਰ ਟਰਾਈਂਗ ਟੂ ਪ੍ਰੋਟੈਕਟ ਮਿਨੋਰਿਟੀਜ਼, ਅਸੀਂ ਉਹਨਾਂ ਨੂੰ ਲਿੰਚ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਜੁਦੇ ਕਰ ਰਹੇ ਹਾਂ। ਜਦੋਂ ਕੋਈ ਸਾਨੂੰ ਸਾਡੀ ਨੁਕਤਾਚੀਨੀ ਕਰਦਾ ਅਸੀਂ ਉਹਨੂੰ ਕਹਿ ਦਿੰਦੇ ਤੂੰ ਤਾਂ ਹਿੰਦੁਸਤਾਨੀ ਨਹੀਂ, ਤੂੰ ਤਾਂ ਗਦਾਰ ਆ, ਤੂੰ ਪਾਕਿਸਤਾਨ ਨੂੰ ਚਲੇ ਜਾ। ਇਹ ਜਿਹੜੀਆਂ ਚੀਜ਼ਾਂ ਆ ਇਹ ਮੁਲਕ ਨੂੰ ਵੰਡਣ ਦੇ ਤਰੀਕੇ ਆ, ਮੁਲਕ ਨੂੰ ਭੈੜੇ ਕੰਮਾਂ ਵੱਲ ਨੂੰ ਲੈ ਕੇ ਜਾਣ ਦੇ ਤਰੀਕੇ ਆ। ਹਿਟਲਰ 1 ਦਿਨ 'ਚ ਪੈਦਾ ਨਹੀਂ ਸੀ ਹੋਇਆ, ਫਾਸ਼ਿਜ਼ਮ 1 ਦਿਨ 'ਚ ਪੈਦਾ ਨਹੀਂ ਸੀ ਹੋਇਆ। ਇੱਦਾਂ ਦੀਆਂ ਇਵੈਂਟਸ ਤੋਂ ਸ਼ੁਰੂ ਹੋ ਕੇ ਫਾਸ਼ਿਜ਼ਮ ਕਲਾਈਮੈਕਸ 'ਤੇ ਪਹੁੰਚਿਆ ਸੀ, ਜਿੱਥੇ ਲੱਖਾਂ ਹੀ ਲੋਕ ਜਿਹੜੇ ਆ ਗੈਸ ਚੈਂਬਰਸ ਦੇ ਵਿੱਚ ਤੁੰਨ ਦਿੱਤੇ ਹਿਟਲਰ ਨੇ। ਅਤੇ ਭਾਰਤ ਜਿਹੜਾ ਆ, ਮੈਂ ਤਾਂ ਕਹਿੰਦਾ ਬੁੱਧ ਦਾ ਭਾਰਤ, ਨਾਨਕ ਦਾ ਭਾਰਤ, ਗਾਂਧੀ ਦਾ ਭਾਰਤ, ਨਹਿਰੂ ਦਾ ਭਾਰਤ, ਪਟੇਲ ਦਾ ਭਾਰਤ, ਉਹ ਜਿਹੜਾ ਭਾਰਤ ਜਿਹੜਾ ਸੀਗਾ ਨਾ, ਇਹ ਉਹਦਾ ਨਕਸ਼ਾ ਬਦਲ ਰਿਹਾ। ਅਤੇ ਮੈਨੂੰ ਕੋਈ ਕਿਸੇ ਨਾਲ ਲਗਾ ਨਹੀਂ ਸਿਆਸੀ ਤੌਰ 'ਤੇ ਇੱਥੇ। ਮੈਂ ਇੱਕ ਸਿਰਫ ਕਿਉਂਕਿ ਮੈਂ ਇਸ ਮੁਲਕ ਦਾ ਵੈਲ ਵਿਸ਼ਰ ਹਾਂ, ਉਹਦੇ ਕਰਕੇ ਮੈਨੂੰ ਤਕਲੀਫ ਹੋਈ। ਮੈਂ ਬਾਬੇ ਨਾਨਕ ਦਾ ਜਨਮ ਦਿਨ ਮਨਾਇਆ ਸੀ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਨੇ, ਉੱਥੇ ਬੋਲ ਕੇ ਆਇਆ, ਇਹੀ ਗੱਲਾਂ ਉੱਥੇ ਕਹਿ ਕੇ ਆਇਆ। ਅਤੇ ਮੈਂ ਮਹਿਸੂਸ ਕਰਦਾ ਕਿ ਇਹ ਆਵਾਜ਼ਾਂ ਉੱਠਣੀਆਂ ਚਾਹੀਦੀਆਂ। ਜੇ ਆਵਾਜ਼ਾਂ ਨਾ ਉੱਠੀਆਂ ਫਿਰ ਆਵਾਜ਼ਾਂ ਸਦਾ ਲਈ ਬੰਦ ਹੋਣਗੀਆਂ। ਮੈਂ ਉੱਥੇ ਕੋਟ ਕੀਤਾ ਸੀ ਮਾਰਟਿਨ ਨਿਮੋਲਰ, ਜਿਹੜਾ ਲੂਥਰਨ ਪ੍ਰੀਸਟ ਸੀਗਾ, ਉਹ ਕਹਿੰਦਾ ਨਾ, ਕਹਿੰਦਾ ਅੰਗਰੇਜ਼ੀ 'ਚ ਉਹਦੀ ਪੋਇਟਿਕ ਵਰਜ਼ਨ ਹੈ ਉਹਦੇ ਕਨਫੈਸ਼ਨ ਦੀ, ਉਹ ਸਪੋਰਟਰ ਹੁੰਦਾ ਸੀ ਹਿਟਲਰ ਦਾ। ਉਹ ਕਹਿੰਦਾ, ਮੈਂ ਹੁਣ ਤੁਹਾਨੂੰ ਪੰਜਾਬੀ ਕਰਕੇ ਦੱਸਦਾ, ਸ਼ਾਇਦ ਨਾ ਚੰਗੇ ਹੋਵੇ। ਉਹਨੇ ਲਿਖਿਆ, ਕਹਿੰਦਾ ਪਹਿਲਾਂ ਮੁਸਲਮਾਨਾਂ ਲਈ ਆਏ ਜਿਹੜੇ ਦਰਿੰਦੇ ਸੀ, ਜਿਹੜੇ ਮਾਰਨਾ ਚਾਹੁੰਦੇ ਸੀ, ਕਹਿੰਦਾ ਮੁਸਲਮਾਨ ਪਹਿਲਾਂ ਕੌਮਨਿਸਟਾਂ ਲਈ ਆਏ, ਪਹਿਲਾਂ ਕੌਮਨਿਸਟਾਂ ਲਈ ਆਏ। ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਮੈਂ ਕੌਮਨਿਸਟ ਨਹੀਂ ਸੀ। ਫਿਰ ਕਹਿੰਦਾ ਸੋਸ਼ਲਿਸਟਾਂ ਲਈ ਆਏ, ਮੈਂ ਬੋਲਿਆ ਨਹੀਂ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ। ਕਹਿੰਦਾ ਫਿਰ ਟ੍ਰੇਡ ਯੂਨੀਅਨਿਸਟ ਲਈ ਆਏ, ਮੈਂ ਫਿਰ ਨਹੀਂ ਬੋਲਿਆ ਕਿਉਂਕਿ ਮੈਂ ਟ੍ਰੇਡ ਯੂਨੀਅਨ ਨਹੀਂ ਸੀ, ਮੈਂ ਯੂਨੀਅਨ ਦਾ ਬੰਦਾ ਨਹੀਂ ਸੀ। ਬਿਲਕੁਲ ਸਹੀ। ਕਹਿੰਦਾ ਫਿਰ ਉਹ ਆਏ ਜੂਜ਼ ਲਈ, ਦੈਨ ਦੇ ਕੇਮ ਫੋਰ ਦਾ ਜੂਜ਼, ਆਈ ਡਿਡਨਟ ਸਪੀਕ ਅਪ ਬਿਕੋਜ਼ ਆਈ ਵਾਜ਼ਨਟ ਅ ਜੂ। ਜੀ। ਦੈਨ ਦੇ ਕੇਮ ਫੋਰ ਮੀ, ਦੇਰ ਵਾਜ਼ ਨੋ ਵਨ ਲੈਫਟ ਟੂ ਸਪੀਕ ਆਊਟ ਫੋਰ ਮੀ। ਜੇ ਅਸੀਂ ਇੱਦਾਂ ਹੀ ਸੋਚ ਕੇ ਬੈਠੇ ਰਹੇ ਹੋਰ ਕੋਈ ਬੋਲੂਗਾ, ਅੱਜ ਤਾਂ ਇਹ ਮੁਸਲਮਾਨਾਂ ਨੂੰ ਚੁੱਕਦੇ, ਅੱਜ ਤਾਂ ਸਕੋਲਰਸ ਨੂੰ ਚੁੱਕਦੇ, ਅੱਜ ਤਾਂ ਇਹ ਚੰਗੇ ਕੋਪਸ ਨੂੰ ਮਾਰਦੇ ਆ, ਅੱਜ ਤਾਂ ਇਹੀ ਕਹਿੰਦੇ ਆ ਕਿ ਰੈਫਿਊਜੀ ਅਸੀਂ ਦੂਜਿਆਂ ਨੂੰ ਬਣਾਉਣਾ, ਮੁਸਲਮਾਨਾਂ ਨੂੰ ਨਹੀਂ ਬਣਾਉਣਾ। ਕੱਲ੍ਹ ਨੂੰ ਇਹ ਕਹਿ ਸਕਦੇ ਆ ਕਿ ਸਿਰਫ ਪੰਡਿਤ ਹੀ ਰਾਜ ਕਰਨਗੇ, ਸਮਝਦੇ ਮੈਂ, ਕੁਛ ਵੀ ਕਹਿ ਸਕਦੇ ਆ। ਬਿਲਕੁਲ। ਸੋ ਅਲਟੀਮੇਟਲੀ ਜਿਹੜੀ ਚੀਜ਼ ਆ ਆਜ਼ਾਦੀ ਜਿਹੜੀ ਆ ਨਾ, ਜਦੋਂ ਆਜ਼ਾਦੀ ਦੀ ਜਿਹੜੀ ਮੁੱਢਲੀ ਲਾਈਨ ਆ ਉੱਥੋਂ ਹੀ ਉਸੇ ਵੇਲੇ ਟੱਕ ਵੱਜਣਾ ਸ਼ੁਰੂ ਹੋ ਜਾਵੇ, ਉਸੇ ਵੇਲੇ ਖੜ੍ਹਨਾ ਚਾਹੀਦਾ। ਬਰਾਬਰਤਾ ਜਦੋਂ ਕੁਐਸਚਨ ਹੋਣੀ ਸ਼ੁਰੂ ਹੋਵੇ ਉਸੇ ਵੇਲੇ ਬੋਲਣਾ ਚਾਹੀਦਾ। ਇਨਸਾਨੀਅਤ ਜਦੋਂ ਕੁਚਲਣੀ ਸ਼ੁਰੂ ਹੀ ਹੋਵੇ ਉਦੋਂ ਹੀ ਉੱਠ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ, ਨਹੀਂ ਤਾਂ ਉਹ ਆਵਾਜ਼ਾਂ ਹੌਲੀ 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 ਖਤਮ ਹੁੰਦੀਆਂ ਜਾਣਗੀਆਂ ਅਤੇ ਫਿਰ ਤੁਸੀਂ ਇਕੱਲੇ ਰਹਿ ਜਾਓਗੇ। ਬਿਲਕੁਲ ਸਹੀ। ਇਹ ਗੱਲਾਂ ਦਸਾਂ ਸਾਹਿਬ ਵੇਖੋ ਜਿੰਨੀਆਂ ਤੁਸੀਂ ਕਹੀਆਂ, ਇਹ ਨਹੀਂ ਹੈ ਕਿ ਇੱਧਰ ਸਮਝ ਨਹੀਂ ਆਉਂਦੀਆਂ, ਹਰੇਕ ਨੂੰ ਸਮਝ ਆਉਂਦੀਆਂ ਨੇ। ਪਰ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਗੱਲ ਦੱਸੀ ਕਿ ਵੀ ਰਸਤਾ ਕੋਈ ਨਹੀਂ ਬਚਿਆ, ਤਰੀਕਾ ਕੋਈ ਨਹੀਂ ਬਚਿਆ, ਅਤੇ ਜਿਹੜੀ ਗੱਲ ਵੱਡੀ ਆ ਉਹ ਇਹ ਹੈ ਕਿ ਵੀ ਯਾਰ ਅੱਛਾ ਇਹ ਕਰੇ ਫਿਰ ਮੈਂ ਫਿਰ ਨਾਲ ਹੋਊਂਗਾ, ਉਹ ਜਿਹੜੀ ਗੱਲ ਆ ਉੱਥੇ ਆ ਕੇ ਗਰਾਰੀ ਫਸੀ। ਬਾਕੀ ਚਲੋ ਇਹ ਕਿਸ ਪਾਸੇ ਗੱਲ ਜਾਂਦੀ ਆ ਉਧਰੋਂ ਆਪਾਂ ਹੁਣ ਮੋੜਾ ਕੱਟਣਾ ਪੈਣਾ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਲਗਭਗ ਸਮਾਪਤੀ ਵਾਲੇ ਪਾਸੇ ਆ। ਪਰ ਜਾਂਦੇ ਜਾਂਦੇ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੇ ਲਈ ਕੋਈ ਮੈਸੇਜ, ਚਾਹੇ ਉਹ ਕੈਨੇਡਾ ਲਈ ਹੋਵੇ, ਚਾਹੇ ਪੰਜਾਬ ਲਈ ਹੋਵੇ, ਜਾਂ ਪੂਰੀ ਦੁਨੀਆਂ 'ਚ ਵਾਸਤੇ ਪੰਜਾਬੀਆਂ ਲਈ ਕੁਛ ਕਹਿਣਾ ਚਾਹੋ? ਦੇਖੋ ਜੀ, ਮੈਂ ਪੰਜਾਬੀ ਹਾਂ ਜੀ, ਭਾਰਤੀ ਹਾਂ, ਕੈਨੇਡੀਅਨ ਆ, ਮੇਰੇ ਤਾਂ ਕਈ ਟਾਈਟਲ ਆ ਹੁਣ ਜੀ ਜੀ। ਅਤੇ ਮੈਂ ਇਹ ਮਹਿਸੂਸ ਕਰਦਾ ਵਧੀਆ
समाज तो वह वधिया दुनिया तो वह होगी जिथे कदे भी किसी नूं रोटी कमाउण लई मुल्क ना छड के जाना पवे। मैं तो यह चाहना कि दुनिया इदां दी चितवीए, इदां दी बनाईए, इदां दी उसारीए कि पंजाब दे लोग सैर करन जाण बाहर, लेकिन नौकरी लई पैसे की तलाश उन्होंने बाहर ना जाना पवे। जां इदां ही होर दुनिया के लोग जिहड़े आ उह एक दूजे नूं मिलन, सैरां करन, लेकिन एक मुल्क तो दूजे मुल्क रोटी की भाल च ना जाना पवे। इहो जिहा जिहड़ा समाज आ उह चित बणाउणा चाहीदा, बणाउणा चाहीदा। इह समाज पंजाब च इस वेले नहीं बन रहा जी, किसी एक पार्टी का कसूर नहीं, ये तो पंजाब की फाउंडेशन ही हुण इदां दी हो गई है कि लोग जिहड़े कोई भी लोग जिहड़ा कोई भी बंदे जिहड़े अपन जमीन बेच के भी, अपने जायदादा बेच के भी $25,000-30,000 साल का खर्च के भी न्याणिया नूं कहिंदे आ वी इन्हां नूं बाहर भेज दिओ, कि इत्थे उन्हां नूं भविख नहीं दिस रहा। और ये माड़ी गल है पंजाब के भविख लई। एक तो तुसीं अपनी एक तो लोगों नूं भेज रहे हैं जिन्हां नूं तुसीं पढ़ाया जी, पालिया 18-20 साल की उम्र ताईं एटलीस्ट जी, नाल उन्हां दे पैसे भेज रहे हैं। बिल्कुल सही है गल, उही जिथों आपां स्टार्ट कीता सी कि वी उह टोटली पासा उल्टा वज गया। और दसां साहब तुसीं आए, अपनी शुरुआत तो लैके हुण तक की स्टोरी साडे नाल सांझी कीती, तुहाडा बहुत धन्नवाद। तो इस नाल ही इस प्रोग्राम नूं आपां इत्थे ही समाप्त करदे हां जी। आस करदे हां इन्हां गल्लां बातों चों आपां नूं बहुत कुछ सीखण नूं मिलिया होएगा। तो जे प्रोग्राम आप जी नूं चंगा लगे तो जरूर इस लिंक नूं अगे तुसीं वध तों वध शेयर कर सकदे हो जी, उहदे ते कोई पाबंदी नहीं है। हुण दी इजाजत, गुरप्रीत संधावालिया नूं देखते रहना प्राइम एशिया टीवी, तुहाडा अपना तुहाडे लई।